ਕੱਚੋ ਵਾਲਾ ਐਮਐਲਏ ਆ ਥਾਣਿਆਂ ਨਾਲ ਚੌਕੀਆਂ ਨਾਲ ਲੱਖ ਲੱਖ ਰੁਪਇਆ ਮਹੀਨਾ ਬੰਨੀ ਬੈਠਾ ਹੈ ਹਮ ਇਹੀ ਹਾਲ ਜਿਹੜਾ ਆਪਣਾ ਹਲਕਾ ਮੌੜ ਦਾ ਐਮਐਲਏ ਆ ਹਮ ਉਹ ਥਾਡੀ ਐਸਪੀ ਨਾਲ ਵੀ ਨਹੀਂ ਬੰਨੀ ਬੈਠਾ ਹੈ ਉੱਥੇ ਸਚਨਾ ਵੀ ਨਹੀਂ ਬੰਨੀ ਬੈਠਾ ਕਈ ਐਮਐਲਏ ਇਹ ਜੇ ਨੇ ਜਿਨ੍ਹਾਂ ਨੇ ਨਵੀਆਂ ਗੱਡੀਆਂ ਲੈ ਲਈਆਂ ਹਮ ਤੇ ਉਹ ਗੱਡੀ ਦੀ ਕਿਸ਼ਤ ਪਾਣੀ ਦਾ ਮੁਨਸੀਪਲ ਦਾ ਇਹੀ ਹਾਲਾਤ ਬਲਜਿੰਦਰ ਕੌਰ ਪਰੇ ਕਰੀ ਬੈਠੀ ਹੈ ਉਹਨੇ ਰੈਫਾਇਨਰੀ ਦੇ ਉੱਤੇ ਪੂਰਾ ਕਬਜ਼ਾ ਕਰ ਰੱਖਿਆ ਹੈ ਪੂਰੀ ਉੱਥੇ ਗੁੰਡਾਗਰਦੀ ਚੱਲਦੀ ਹੈ ਪੂਰੀ ਗੁੰਡਾ ਪਰਚੀ ਚੱਲਦੀ ਹੈ ਮੈਂ ਤਾਂ ਇੱਕ ਠੋਕ ਕੇ ਕਹਿਣਾ ਭਾਈ ਜੇ ਮੈਂ ਗਲਤ ਕਹਿਣਾ ਪੰਜਾਬ ਦਾ ਡੀਜੀ ਪੰਜਾਬ ਦਾ ਮੁੱਖ ਮੰਤਰੀ ਇਹਦੀ ਪੜਤਾਲ ਕਰਾਵੇ ਭਾਈ ਮੈਂ ਜਗਰੂਪ ਗੱਲ ਬਾਰੇ ਨਹੀਂ ਕਹਤਾ ਢੰਡਲੇ ਬਾਰੇ ਉਹਦਾ ਹਾਲੀ ਤੱਕ ਆਪਾਂ ਕੁਝ ਸੁਣਿਆ ਹੀ ਨਹੀਂ ਉਹਦੀ ਗੱਲ ਹੀ ਨੇ ਸਾਹਮਣੇ ਆਈ ਬਿਨਾ ਥੋੜੀ ਮੈਂ ਹਰ ਇੱਕ ਉੱਤੇ ਇਲਜ਼ਾਮ ਲਾ ਰਿਹਾ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਕਟੜ ਅਮਾਨਦਾਰ ਇਹ ਸ਼ਬਦ ਪ੍ਰਚਾਰਿਆ ਪ੍ਰਮੋਟ ਮਾਨ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਪਰ ਸਵਾਲ ਇਹ ਆ ਚੈਨ ਉਸ ਵੇਲੇ ਖੜੇ ਹੋਏ ਕਿ ਜਦ ਕਟੜ ਅਮਾਨਦਾਰ ਕਹਿਣ ਵਾਲੀ ਸਰਕਾਰ ਦੇ ਐਮਐਲਏ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਹੇਠ ਆਉਣ ਲੱਗੇ ਹਲੇ ਮਹਿਜ਼ 11 ਮਹੀਨੇ ਸਰਕਾਰ ਬਣੀ ਨੂੰ ਜਿਹੜੀ ਉਹ ਹੋਏ ਨੇ ਪਰ ਫਿਰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਉਸ ਸਰਕਾਰ ਦੇ ਮੰਤਰੀਆਂ ਤੇ ਉਸ ਸਰਕਾਰ ਦੇ ਐਮਐਲਏ ਤੇ ਲੱਗਣ ਜਿਨ੍ਹਾਂ ਨੇ ਪ੍ਰਚਾਰਿਆ ਇਸ ਸ਼ਬਦ ਨੂੰ ਆ ਕਿ ਸਾਡੀ ਪਾਰਟੀ ਕਟੜ ਇਮਾਨਦਾਰਾ ਤੇ ਅਸੀਂ ਕਟੜ ਇਮਾਨਦਾਰ ਸਰਕਾਰਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਬਠਿੰਡਾ ਦਿਹਾਤੀ ਤੋਂ ਐਮਐਲਏ ਅਮਿਤ ਰਤਨ ਹੋਰਾਂ ਦੇ ਉੱਪਰ ਵੱਡੇ ਦੋਸ਼ ਲੱਗੇ ਹਾਲਾਂਕਿ ਐਮਐਲਏ ਸਾਹਿਬ ਮਹਿਜ਼ ਇੱਕ ਵੀਡੀਓ ਦੇ ਵਿੱਚ ਆਪਣਾ ਪੱਖ ਰੱਖ ਕੇ ਪਾਸੇ ਹੋ ਗਏ ਆਖਰ ਕਹਾਣੀ ਕੀ ਆ ਇਹ ਕਹਾਣੀ ਜਿਹੜੀ ਆ ਉਲਜੀ ਕਿੱਥੇ ਪਈ ਆ ਗੱਲਬਾਤ ਕਰਾਂਗੇ ਇਸ ਬਾਬਤ ਮੇਰੇ ਨਾਲ ਬਾਈ ਲੱਖਾ ਸਿੰਘ ਸਦਾਣਾ ਹੋਣਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲਬਾਤ ਕਰਪਾਂਗੇ ਲੱਖੇ ਬਾਈ ਸਵਾਗਤ ਆ ਰਮੀਟਰ ਦੇ ਵਿੱਚ ਸ਼ੁਕਰੀਆ ਵੇ ਜੀ ਲੱਖੇ ਬਾਈ ਕਟੜ ਇਮਾਨਦਾਰ ਦੀ ਜਿਹੜੀ ਪ੍ਰਵਾਸ਼ਾ ਹੋਣੀ ਚਾਹੀਦੀ ਆ ਜਾਂ ਇਹ ਜੋ ਕਹਿ ਕੇ ਆਏ ਸੀ ਕਿ ਕਟੜ ਇਮਾਨਦਾਰ ਸਾਡੀ ਸਰਕਾਰ ਆ ਕੀ ਲੱਗਦਾ ਉਹ ਪ੍ਰਵਾਸ਼ਾ ਤੇ ਰਾਹ ਤੇ ਸਹੀ ਚੱਲ ਰਹੇ ਆ ਦੇਖ ਜਸ ਜਿੱਥੋਂ ਤੱਕ ਆਪਾਂ ਇਮਾਨਦਾਰੀ ਦੀ ਗੱਲ ਕਰਦੇ ਆ ਕਟੜੇ ਇਮਾਨਦਾਰ ਕਟੜੇ ਇਮਾਨਦਾਰ ਇਸ ਗੱਲ ਨੂੰ ਪ੍ਰਚਾਰਨ ਲਈ ਹੂੰ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਇਹਨਾਂ ਨੇ ਇਸ ਗੱਲ ਨੂੰ ਪ੍ਰਚਾਰਿਆ ਅਭਾਰਿਆ ਉਹਦੇ ਲਈ ਇਹਨਾਂ ਨੇ ਵੱਡੇ ਪੱਦਰ ਦੇ ਉੱਤੇ ਜੜੀਆਂ ਐਡਾਂ ਵੀ ਦਿੱਤੀਆਂ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਕਿ ਅੱਜ ਦੇ ਆਰਟੀਆਈ ਦੇ ਖੁਲਾਸੇ ਨੇ ਜਿੱਥੇ ਇਹਨਾਂ ਨੇ ਆਪਾਂ ਸਾਰੇ ਥਾਵਾਂ ਤੇ ਦੇਖਿਆ ਕਿ ਸੜਕਾਂ ਤੇ ਸ਼ਹਿਰਾਂ ਚ ਮੋੜਾਂ ਤੇ ਇਹਨਾਂ ਦੇ ਬੋਰਡ ਲੱਗੇ ਹੋਏ ਨੇ ਸਾਡਾ ਕੰਮ ਬੋਲਦਾ ਹੂੰ ਸਾਡਾ ਕੰਮ ਬੋਲਦਾ ਇਹ ਦੱਸਣ ਲਈ ਇਹਨਾਂ ਨੇ ਹੂੰ ਜਾਂ ਸਰਕਾਰ ਬੜੀ ਕੱਟੜ ਇਮਾਨਦਾਰ ਹੈ ਦੱਸਣ ਲਈ ਇਹਨਾਂ ਨੇ ਹੂੰ 33 ਕਰੋੜ ਰੁਪਈਆ ਹੂੰ 33 ਕਰੋੜ ਰੁਪਈਆ ਕਿੰਨੇ ਦਿਨਾਂ ਚ ਲਾਤਾ 25 26 ਦਿਨਾਂ ਚ ਹੂੰ ਯਾਨੀ 1 ਮਹੀਨੇ ਤੋਂ ਵੀ 4-5 ਦਿਨ ਘਾਟ ਇਹਨਾਂ ਨੇ 25-26 ਦਿਨਾਂ ਦੇ ਵਿੱਚ 33 ਕਰੋੜ ਰੁਪਈਆ ਇਸ ਗੱਲ ਤੇ ਖਰਚਤਾ ਕਿ ਸਾਡਾ ਕੰਮ ਬੋਲਦਾ ਹੂੰ ਬੋਰਡ ਲਾਉਣ ਦੇ ਉੱਤੇ ਹੂੰ ਐਡ ਦੇਣ ਦੇ ਉੱਤੇ ਇਹ 25 ਦਿਨਾਂ ਦੀ ਗੱਲ ਕਰ ਰਿਹਾ ਹਾਂ ਮੈਂ ਜਿਹੜਾ ਇਹਨਾਂ ਨੇ ਪਿਛਲੇ 9-10 ਮਹੀਨਿਆਂ 'ਚ ਖਰਚਾ ਉਹਦਾ ਤਾਂ ਕੋਈ ਅੰਤ ਹੀ ਨਹੀਂ ਹੂੰ ਹੁਣ ਇਹਦੇ ਲਈ ਤੁਸੀਂ ਦੇਖੋ ਇੱਕ ਪਾਸੇ ਅ ਪਰਸੋਂ ਦੀ ਗੱਲ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਬੰਦ ਕੀਤੀ ਕਿਉਂ ਕੀਤੀ ਕਿ ਪੰਜਾਬ ਦਾ ਮੁੱਖ ਮੰਤਰੀ ਦੋ ਵਾਰ ਯੂਨੀਵਰਸਿਟੀ ਆਇਆ ਪੰਜਾਬ ਦਾ ਸਿੱਖਿਆ ਮੰਤਰੀ ਦੋ ਤਿੰਨ ਵਾਰੀ ਯੂਨੀਵਰਸਿਟੀ ਆ ਕੇ ਗਿਆ ਖਜ਼ਾਨਾ ਮੰਤਰੀ ਵੀ ਆਇਆ ਪੰਜਾਬ ਦਾ ਸਪੀਕਰ ਵੀ ਆਇਆ ਉਹ ਕਹਿੰਦੇ ਆ ਕੇ ਚਾਪੀ ਕੇ ਮੁਰ ਜਾਂਦੇ ਆ ਰੁਪਈਆ ਨਹੀਂ ਦਿੱਤਾ ਯੂਨੀਵਰਸਿਟੀ ਨੂੰ ਕਿਸੇ ਨੇ ਤੇ ਯੂਨੀਵਰਸਿਟੀ ਬਹੁਤ ਮਾੜੇ ਹਾਲਾਤਾਂ ਚ ਤਿੰਨ 350 ਕਰੋੜ ਦੇ ਘਾਟੇ ਚ ਤਨਖਾਹਾਂ ਦੇਣ ਨੂੰ ਪੈਸੀ ਨਹੀਂ ਜਿੰਨੀਆਂ ਸਪੋਰਟਸ ਦੀਆਂ ਕੁ ਗਤੀਵਧੀਆਂ ਨੇ ਕੋਈ ਸੱਭਿਆਚਾਰ ਗਤੀਵਿਧੀਆਂ ਨੂੰ ਠੱਪ ਪਾਈਆਂ ਹੋਸਟਲਾਂ ਦਾ ਮਾੜਾ ਹਾਲ ਹੈ ਡਿੱਗੀ ਜਾਂਦੇ ਆ ਬੁਰਾ ਹਾਲ ਹੋਇਆ ਪਿਆ ਜਾਨੇ ਬੋਲ ਕੇ ਭਾਸ਼ਣ ਝਾੜ ਕੇ ਤੁਰ ਜਾਂਦੇ ਆ ਵੀ ਜਿਹੜੇ ਥਾਂ ਪੈਸੇ ਲਾਉਣ ਦੀ ਲੋੜ ਹੈ ਉੱਥੇ ਦਾ ਵੀ ਦੁੱਖੀ ਦੇ ਨਹੀਂ ਰਹੇ ਜਿਹੜਾ ਆ ਮਾਰਿਆ ਭਾਸ਼ਣ ਕੀਤਾ ਤੇ ਚਾਹ ਪੀ ਕੇ ਮੁੜ ਗਏ ਜਿੱਥੇ ਤੁਸੀਂ ਦੱਸਣ ਲਈ ਸਿਰਫ ਸਾਡਾ ਕੰਮ ਬੋਲਦਾ ਇਹ ਬੋਰਡ ਤੁਸੀਂ ਲਾਏ ਪੂਰੇ ਪੰਜਾਬ ਦੇ ਵਿਥਾਵਾਂ ਦੇ ਉੱਤੇ ਉਹਦੇ 33 ਕਰੋੜ ਰੁਪਏ ਖਰਚਦਾ ਤੂੰ ਦੇਖੋ ਸਰਕਾਰ ਮੈਨੂੰ ਲੱਗਦਾ ਦੂਜੀਆਂ ਸਰਕਾਰਾਂ ਨੂੰ ਤਾਂ ਬਹੁਤ ਪਿੱਛੇ ਛੱਡ ਗਏ ਹਮ ਕਰਦੇ ਦੋ ਵੀ ਐ ਸੀ ਪਰ ਉਹ ਇਸ ਕੰਮ ਦੇ ਵਿੱਚ ਆ ਝੂਠ ਸੁਪਾਣ ਜਿਹੜਾ ਹੈ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇ ਜਾਂਦੇ ਉਸ ਦਾ ਬਹੁਤ ਅੱਗੇ ਲੰਘ ਗਏ ਹਮ ਅੱਗੇ ਆਪ ਇਹ ਭਵਨ ਸਿੰਘ ਮਾਨ ਅਸਕਵੀਰ ਬਾਰੇ ਕਹਿੰਦਾ ਹੁੰਦਾ ਜਿਗਾ ਸਿਰਫ ਗੀਰ ਗੱਪੀ ਹੈ ਜੀ ਗੱਪ ਬਹੁਤ ਮਾਰਦਾ ਹਮ ਹੁਣ ਇਹ ਕੀ ਕਰ ਰਿਹਾ ਇਹ ਲੋਕਾਂ ਨੂੰ ਐਂ ਗਮਰਾਹ ਕਰ ਰਿਹਾ ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਕੱਟੜ ਇਮਾਨਦਾਰੀ ਦੀ ਆਪਾਂ ਅਮਿਤ ਰਤਨ ਦਾ ਇਸਾਰੀ ਕਹਾਣੀ ਦੇਖ ਹੀ ਲਈਏ ਉਦੇ ਬਾਰੇ ਤਾਂ ਮੈਂ ਬਕਾਇਦਾ ਤੌਰ ਤੇ ਬੋਲਿਆ ਸੀ ਕਿ ਇਹਦਾ ਕਲਾਸਮੇਟ ਆ ਉਹ ਜਿਹੜਾ ਫੜਿਆ ਗਿਆ ਪੀਏ ਉਹਦੇ ਵਿੱਚੋਂ ਇਹਦੇ ਜਿਹੜੇ ਅਮਰਤ ਰਤਨ ਦੇ ਰਿਸ਼ਤੇਦਾਰ ਨੇ ਆਈਐਸ ਤੇ ਆਈਪੀਐਸ ਹੈ ਉਹਨਾਂ ਨੇ ਇਹਨੂੰ ਬਚਾਇਆ ਹਮ ਆਪ ਸਾਫ ਦਾ ਡੀਜੀ ਰੇਨ ਸੋਤਾ ਸਾਹਿਬ ਉਹਨਾਂ ਨੇ ਕਿਵੇਂ ਜੋੜ ਤੋੜ ਕਰਕੇ ਇਹਨੂੰ ਬਚਾਇਆ ਹਮ ਅੱਛਾ ਕਰ ਲੀਆ ਅਮਰਤ ਰਤਨ ਦੀ ਗੱਲ ਨਹੀਂ ਇਹਨਾਂ ਦੇ ਐਮਐਲਏ ਜਿਹੜੇ ਮੈਂ ਗੱਲ ਉਦੇ ਵਿੱਚ ਕਰ ਕੀਤਾ ਸੀ ਕਿ ਪਚੋ ਵਾਲਾ ਐਮਐਲਏ ਆ ਥਾਣਿਆਂ ਨਾਲ ਚੌਕੀਆਂ ਨਾਲ ਦੋ ਚੌਕੀਆਂ ਪਈ ਜਾਂਦੀਆਂ ਤੇ ਦੋ ਥਾਣੇ ਪਈ ਜਾਂਦੇ ਆ ਹੂੰ ਆ ਉਹਦੇ ਨਾਲ ਲੱਖ ਲੱਖ ਰੁਪਈਆ ਮਹੀਨਾ ਬੰਨੀ ਬੈਠਾ ਹੂੰ ਇਹੀ ਹਾਲ ਜਿਹੜਾ ਆਪਣਾ ਹਲਕਾ ਮੋੜ ਦਾ ਐਮਐਲਏ ਆ ਹੂੰ ਉਹ ਥਾਡੀ ਐਸਪੀ ਨਾਲ ਵੀ ਨੇ ਬੰਨੀ ਬੈਠਾ ਹੈ ਉੱਥੇ ਸੱਚ ਨਾਲ ਵੀ ਨੇ ਬੰਨੀ ਬੈਠਾ ਹੂੰ ਹੁਣ ਮੈਨੂੰ ਇਹ ਦੱਸੋ ਵੀ ਜੇ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਹੂੰ ਇਹੀ ਹਾਲਾਤ ਬਲਜਿੰਦਰ ਕੌਰ ਪਰੇ ਕਰੀ ਬੈਠੀ ਹੈ ਉਹਨੇ ਰੈਫਾਇਨਰੀ ਦੇ ਉੱਤੇ ਪੂਰਾ ਕਬਜ਼ਾ ਕਰ ਰੱਖਿਆ ਹੈ ਪੂਰੀ ਉੱਥੇ ਗੁੰਡਾਗਰਦੀ ਚੱਲਦੀ ਹੈ ਪੂਰੀ ਗੁੰਡਾ ਪਰਚੀ ਚੱਲਦੀ ਹੈ ਜਿਹੜੇ ਪਹਿਲਾਂ ਐਸਐਸਪੀ ਬਦਲ ਕੇ ਗਏ ਆ ਇਥੋਂ ਮਰਹੰਡੇ ਤੋਂ ਹੁਣ ਉਹਨਾਂ ਨੇ ਵੀ ਮੈਂ ਇੱਕ ਵਾਰੀ ਜ਼ਿਕਰ ਵੀ ਕੀਤਾ ਉਹਨਾਂ ਕੋਲੇ ਮੈਨੂੰ ਕਿਹਾ ਮੈਂ ਕਿਹਾ ਜੀ ਇੱਥੇ ਸ਼ਰੇਆਮ ਗੁੰਡਾ ਪਰਚੀ ਕੱਟੀ ਜਾਂਦੇ ਕੋਈ ਉੱਤੇ ਕਾਰਵਾਈ ਕਰੋ ਪਰ ਐਸਐਸਪੀ ਦੀ ਹੁਣ ਆਪਾ ਦੇਖਦੇ ਆ ਕਿੰਨੀ ਕੁ ਪਹੁੰਚ ਹੈ ਕੀ ਕਰ ਸਕਦਾ ਜਦੋਂ ਉੱਪਰੋਂ ਇਸ਼ਾਰੇ ਹੋਣ ਵੀ ਭਾਈ ਇਕੱਠਾ ਕਰ ਲੋ ਜੰਨਾ ਕਰਨਾ ਹੁਣ ਅਗਲੀ ਗੱਲ ਤੁਸੀਂ ਇਹ ਦੇਖੋ ਮੈਂ ਤਾਂ ਇੱਥੋਂ ਤੱਕ ਸੁਣਿਆ ਆ ਕਿ ਕਈ ਐਮਐਲਏ ਹਜੇ ਨੇ ਜਿਨ੍ਹਾਂ ਨੇ ਨਵੀਆਂ ਗੱਡੀਆਂ ਲੈ ਲਈਆਂ ਹੂੰ ਤੇ ਉਹ ਗੱਡੀ ਦੀ ਕਿਸ਼ਤ ਥਾਣੇ ਦਾ ਮੁਨਸੀਪਾ ਦਦਾ ਹੂੰ ਇਹ ਆਨਲੇ ਦਰਨਾ ਜੇ ਵੀ ਖਲਾਸੇ ਹੋ ਜਾਣੇ ਆ ਹੂੰ ਇੱਥੋਂ ਦਾ ਐਮਐਲਏ ਹੂੰ ਹਲਕਾ ਫੂਲ ਦਾ ਹੂੰ ਹਲਕਾ ਫੂਲ ਦਾ ਐਮਐਲਏ ਇੱਕ ਦਿਨ ਦਾ 20000 ਰੁਪਇਆ ਇੱਕ ਜਾਨੇ ਤੋਂ ਸੱਟੇ ਵਾਲੇ ਤੋਂ ਲੈ ਰਹੇ ਆ ਹੂੰ ਯਾਨੀ 6 ਲੱਖ ਰੁਪਇਆ ਮਹੀਨਾ ਹੂੰ ਆ ਪਿਛਲੇ ਦਿਨਾਂ ਦੀ ਗੱਲ ਆ ਦੋ ਕੁ ਦਿਨ ਹੋ ਗਏ ਸੱਟੇ ਵਾਲਾ ਫੜ ਲਿਆ ਪੁਲਿਸ ਨੇ ਹੂੰ ਪੁਲਿਸ ਨੇ ਸੱਟੇ ਵਾਲਾ ਫੜਿਆ ਤੇ ਉਹਨਾਂ ਨੇ ਇਹਨੂੰ ਫੋਨ ਕੀਤਾ ਐਮਐਲਏ ਨੂੰ ਫੂਲ ਵਾਲੇ ਨੂੰ ਹੂੰ ਮਲਕਾਰ ਸਿੰਘ ਸਿੱਧੂ ਜਿਹੜਾ ਕਲਾਕਾਰ ਵੀ ਹੈ ਕਿ ਸੜਾਓ ਜੀ ਸਾਨੂੰ ਹੂੰ ਉਹਨੇ ਐਸਐਸਪੀ ਨੂੰ ਫੋਨ ਕੀਤਾ ਐਸਐਸਪੀ ਨੇ ਕੋਈ ਬਹੁਤੀ ਸੁਣੀ ਨਹੀਂ ਗੱਲ ਉਹਨੇ ਆਈਜੀ ਨੂੰ ਫੋਨ ਕੀਤਾ ਹੂੰ ਚਲੋ ਕਿਸੇ ਨੇ ਸੁਣੀ ਨਾ ਉਹਨਾਂ ਬੰਦਿਆਂ ਦੇ ਉੱਤੇ ਸੱਟੇ ਵਾਲਾਂ ਤੇ ਮੁਕੱਦਮਾ ਦਰਜ ਹੋ ਗਿਆ 36 ਨੰਬਰ ਮਕਦਮਾ ਹੈ। ਹੂੰ। ਥਾਣੇ ਰਾਮਪੁਰੇ ਸ਼ਹਿਰ ਦਾ ਮਕਦਮਾ ਹੈ। प्रमोद ਕੁਮਾਰ ਨਾ ਆਉਂਦਾ। ਬੰਦਾ ਹੋਰ ਵੀ ਹੋ ਚ ਕਈ ਬੰਦੇ ਨਾਮਜ਼ਦ ਕੀਤੇ ਗਏ। ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਢੰਡੋਰਾ ਪਿੱਟਦੇ ਆ ਜਾਂ ਪਹਿਲਾਂ ਪਿੱਟ ਰਹੇ ਸੀ। ਹੂੰ। ਇਹ ਤਾਂ ਉਹ ਗੱਲਾਂ ਨੇ ਜਿਹੜੀਆਂ ਮੰਨ ਲਓ ਮੈਨੂੰ ਮੇਰੇ ਜ਼ਿਲ੍ਹੇਵਾਰੇ ਪਤਾ। ਹੂੰ। ਇਹਦਾ ਸਾਰੇ ਪਾਸੇ ਹੀ ਹਾਲਾਤ ਇਹੋੇ ਖੜੇ ਆ। ਕਦੇ ਤਹਿਸੀਲਦਾਰਾਂ ਨਾਲ ਹਿੱਸੇ ਬੰਨੀ ਬੈਠੇ ਆ, ਕਦੇ ਪਟਵਾਰੀਆਂ ਨਾਲ ਹਿੱਸੇ ਬੰਨੀ ਬੈਠੇ ਆ। ਕੋਈ ਐਸਚਓ ਨਾ ਕੋਈ ਡਿਪਟੀ ਨਾਲ ਇਹਦਾ ਸਾਰੇ ਪੰਜਾਬ ਦੇ ਹਾਲਾਤ ਇਹ ਹੋਏ ਖੜੇ ਆ ਪਰ ਬਲਕਾਰ ਸਿੰਘ ਸਿੱਧੂ ਜੀ ਬਾਈ ਤੁਸੀਂ ਗੱਲ ਕਰੀਆ ਬਲਕਾਰ ਸਿੰਘ ਸਿੱਧੂ ਜਦੋਂ ਅਖਾੜੇ ਲਾਉਣ ਤੇ ਲੋਕ ਸਵਾਲ ਖੜੇ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਮੈਂ ਮਾਨ ਦਾ ਨਾ ਮੈਂ ਆਪਣੀ ਰੋਜੀ ਰੋਟੀ ਕਮਾਉਣੀ ਆ ਮੈਂ ਉਸੇ ਕਰਕੇ ਅਖਾੜੇ ਲਾ ਰਹੇ ਹਾਂ ਤੁਸੀਂ ਉਹ ਕਹਿ ਰਹੇ ਹੋ ਕਿ ਉਹ ਹੀ ਇੱਕ ਮਹੀਨੇ ਦਾ 6-6 ਲੱਖ ਲੈ ਰਹੇ ਨੇ ਇਹ ਤਾਂ ਤੁਸੀਂ ਆਪ ਦੇ ਤੌਰ ਤੇ ਪਤਾ ਕਰ ਲਓ ਕਿ ਨਹੀਂ ਮੁਕੱਦਮਾ ਹੋਇਆ ਜਾਂ ਕਿਵੇਂ ਹੋਇਆ ਜਾਂ ਚਲੋ ਹੁਣ ਇਹ ਤੁਸੀਂ ਕੱਲ ਨੂੰ ਬਲਕਾਰ ਕੋਲ ਜਾਵੋਗੇ ਕਿਸੇ ਕੋਲ ਵੀ ਜਾਵੋਗੇ ਮਾਨ ਦਾ ਥੋੜੀ ਹੁੰਦਾ ਚੋਰੀ ਮੈਂ ਚੋਰੀ ਕੀਤੀ ਹੈ ਮੈਂ ਤਾਂ ਇੱਕ ਠੋਕ ਕੇ ਕਹਿਣਾ ਭਾਈ ਜੇ ਮੈਂ ਗਲਤ ਕਹਿਣਾ ਹੂੰ ਪੰਜਾਬ ਦਾ ਡੀਜੀ ਪੰਜਾਬ ਦਾ ਮੁੱਖ ਮੰਤਰੀ ਇਹਦੀ ਪੜਤਾਲ ਕਰਾਵੇ ਭਾਈ ਹੂੰ ਜਿਹੜੀਆਂ ਗੱਲਾਂ ਦੇ ਮੈਂ ਖੁਲਾਸੇ ਕਰ ਰਿਹਾ ਵੀ ਭਾਈ ਇਹ ਥਾਣੇਦਾਰਾਂ ਨਾਲ ਡਿਪਟੀਆਂ ਨਾਲ ਮਹੀਨੇ ਬੰਨੀ ਬੈਠੇ ਆ 6 ਜਾਲਾ ਨਾ ਮਹੀਨੇ ਬੰਨੀ ਬੈਠੇ ਆ ਸਾਹ ਸੰਟਰ ਖਲਾਈ ਬੈਠੇ ਆ ਐਮ ਐਲ ਏ ਮੈਂ ਜਗਰੂਪ ਗੱਲ ਬਾਰੇ ਨਹੀਂ ਕਹਤਾ ਢੰਡਲੇ ਬਾਰੇ ਹੂੰ ਉਹਦਾ ਹਾਲੀ ਤੱਕ ਆਪਾਂ ਕੋ ਸੁਣਿਆ ਨਹੀਂ ਹੂੰ ਉਹਦੀ ਗੱਲ ਹੀ ਨਹੀਂ ਸਾਹਮਣੇ ਆਈ ਹੂੰ ਬਿਨਾ ਥੋੜੀ ਮੈਂ ਹਰ ਇੱਕ ਉੱਤੇ ਇਲਜ਼ਾਮ ਲਾ ਰਿਹਾ ਹੂੰ ਜਿਹੜਾ ਸਹੀਆਂ ਨੂੰ ਸਹੀ ਕਹਾਂ ਜਿਹੜਾ ਗਲਤਾਂ ਨੂੰ ਗਲਤ ਹੂੰ ਇਸ ਕਰਕੇ ਬਹੁਤ ਗੰਭੀਰ ਜਿਹੜਾ ਮਸਲਾ ਹੈਗਾ ਇਹ ਬੜਾ ਇਹ 10 ਮਹੀਨਿਆਂ ਦੇ ਵਿੱਚ ਇਨੜੀਆਂ ਸਾਰੀਆਂ ਪੋਲਾਂ ਖੁੱਲਣ ਲੱਗ ਗਈਆਂ ਹੂੰ ਤੇ ਕਦੋਂ 5 ਸਾਲ ਆਏ ਲੁੱਟ ਕੇ ਖਾ ਜਾਣਗੇ ਲੋਕਾਂ ਨੂੰ ਹੂੰ ਭਾਈ ਇੱਕ ਚੀਜ਼ ਹੋ ਰਾ ਇਹਨਾਂ ਵੱਲੋਂ ਇੱਕ ਪਹਿਲਾਂ ਇਹ ਵੀ ਕਿਹਾ ਜਾਂਦਾ ਸੀ ਕਿ ਮੀਡੀਆ ਜਿਹੜਾ ਉਹ ਸਾਰਾ ਮੋਦੀ ਵੱਲੋਂ ਜਿਹੜਾ ਖਰੀਦਿਆ ਗਿਆ ਪਿਛਲੇ ਦਿਨਾਂ ਦੀ ਮੈਂ ਘਟਨਾ ਤੁਹਾਨੂੰ ਤੁਹਾਡਾ ਸਾਂਝੀ ਕਰਦਾ ਜ਼ਿਕਰ ਕਰਦਾ ਪਿਛਲੇ ਦਿਨਾਂ ਦੇ ਵਿੱਚ ਲਾਡੀ ਢੋਸ ਹੋਰਾਂ ਦੀ ਐਮਐਲਏ ਨੇ ਧਰਮਕੋਟ ਦੇ ਉਹਨਾਂ ਦੀ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ ਆਡੀਓ ਦੇ ਵਿੱਚ ਸ਼ਰੀਮ ਇੱਕ ਪੱਤਰਕਾਰ ਨੂੰ ਧਮਕੀ ਦਿੰਦੇ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਪੱਤਰਕਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਉਹ ਵੀ ਕੀਤੀ ਜਾਂਦੀ ਆ ਉਹਦੇ ਵਿੱਚ ਇਥੋਂ ਤੱਕ ਕਿਹਾ ਜਾਂਦਾ ਕਿ ਮੈਨੂੰ ਨਿਰਵਸਤਰ ਕੀਤਾ ਗਿਆ ਪੂਰੇ ਮੇਰੇ ਜਿਹੜੇ ਕੱਪੜੇ ਨੇ ਉਹ ਲੁਹਾਏ ਗਏ ਹੁਣ ਇੱਕ ਚੀਜ਼ ਹੋ ਰਾ ਇੱਥੇ ਇਹ ਚੀਜ਼ ਨੂੰ ਆਪਾਂ ਕਿਵੇਂ ਕਹਿ ਦਈਏ ਕਿ ਇਹ ਸਿੱਧੇ ਪੱਧਰੇ ਜਿਹੜੇ ਚੱਲ ਰਿਹਾ ਕਿ ਜੋ ਚੀਜ਼ਾਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਪੱਤਰਕਾਰਾਂ ਦੇ ਨਾਲ ਧੱਕੇ ਉਹ ਵੀ ਇਹਨਾਂ ਨੇ ਵੀ ਕਰਨੇ ਸ਼ੁਰੂ ਕਰ ਦਿੱਤੇ ਨਹੀਂ ਕੱਲੇ ਪੱਤਰਕਾਰਾਂ ਨਹੀਂ ਆਮ ਲੋਕਾਂ ਨਾਲ ਵੀ ਹੋ ਰਹੀ ਹੈ ਹੂੰ ਉਹ ਇਹ ਤਾਂ ਹੁਣ ਤੁਸੀਂ ਦੇਖੋ ਕਿ ਇਹਦਾ ਖੁਦ ਸਟੇਜਾਂ ਦੇ ਉੱਤੇ ਆ ਕੇ ਭੰਤਮਾਨ ਬੋਲਦਾ ਰਿਹਾ ਕਿ ਇਹ ਜੀ ਪਰਚੇ ਕਰਾਉਂਦੇ ਆ ਇਹ ਪਰਚਾ ਮੰਤਰੀ ਹੈ ਪਰਚੇ ਵਾਲੇ ਐਮ ਐਲ ਏ ਹੈ ਪਰਚਾ ਸਰਕਾਰ ਹੈ ਹੂੰ ਇਹ ਤਾਂ ਇਹ ਸ਼ੁਰੂ ਕਰਤਾ ਕੰਮ ਇਹਨਾਂ ਨੇ ਵੀ ਮਾਤਾ ਹੀ ਹੈ ਜੀ ਘਟਰਾਵਾ ਵਾਪਰੀਆਂ ਲੋਕਾਂ ਦੇ ਉੱਤੇ ਨਜਾਇਜ਼ ਆਤੀਆਂ ਤੱਕੇ ਹੋਇਆ ਪਰਚੇ ਹੋ ਰਹੇ ਆ। ਇਹੀ ਕੰਮ ਉਹ ਜਿਹੜਾ ਤੁਸੀਂ ਦੱਸਿਆ ਮੈਂ ਵੀ ਉਹਦੇ ਬਾਰੇ ਅਜੋਦੀ ਉਸ ਪੱਤਰਕਾਰ ਦੀ ਜਿਹੜੀ ਇੰਟਰਵਿਊ ਸੁਣੀ ਆ ਆਪਣੀ ਪ੍ਰੈਸ ਕਾਨਫਰੰਸ ਵੀ ਸੁਣੀ ਆ ਮੈਂ। ਉਹ ਚ ਇਕਸਰullah ਖਲਾਸਾ ਕਰ ਰਿਹਾ ਕਿ ਮੈਨੂੰ ਥਾਣੇ 'ਚ ਲਿਜਾ ਕੇ ਨੰਗਾ ਕੀਤਾ ਗਿਆ। ਹੁਣ ਕਮਾਲ ਦੀ ਗੱਲ ਹੈ ਜਿੱਥੇ ਚਿੱਟੇ ਵਾਲੇ ਫੜਨੇ ਆ ਉਹ ਤਾਂ ਫੜਦੇ ਨਹੀਂ। ਹੁਣ ਇੱਕ ਕਹਿ ਦਿੰਦੇ ਆ ਜੀ ਆ ਕੱਲ ਦੀ ਗੱਲ ਹੀ ਆ। ਸਰਚ ਸਾਡਾ ਅਭਿਆਨ ਚੱਲ ਰਿਹਾ ਜੀ ਅਸੀਂ ਚਿੱਟੇ ਵਾਲਾ ਸਾਰੇ ਜ਼ਿਲ੍ਹਿਆਂ ਚੱਲਿਆ ਕਰ ਸਾਰੇ ਜ਼ਿਲ੍ਹਿਆਂ ਚੱਲਿਆ ਕੀ ਫੜਿਆ ਜੀ ਇਹਨਾਂ ਨੇ ਮੈਂ ਦੱਸ ਦਾਂ ਲੈ ਮੈਂ ਕਿੰਨੇ ਵਾਰੀ ਇਹਨਾਂ ਨੂੰ ਕਿਹਾ ਕਿ ਮੈਂ ਦੱਸ ਦਾਂ ਯਾਰ ਮੈਨੂੰ ਬੁਲਾਓ ਮੈਂ ਦੱਸ ਦਾਂ ਜ਼ਿਲ੍ਹੇ ਬਰਿੰਡੇ ਦੇ ਵਿੱਚ ਕਿਹੜੇ ਬੰਦੇ ਕਿਲੋਂਾਂ ਦੇ ਹਿਸਾਬ ਨਾਲ ਇੱਥੇ ਚੱਟਾ ਵੇਚਦੇ ਨੇ ਹੂੰ 15-15 ਸਾਲ ਦੇ ਜਵਾਕ ਮਰੀ ਜਾਂਦੇ ਆ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਮੈਂ ਕਿੰਨੇ ਵਾਰੀ ਦੱਸ ਕੇ ਵੀ ਆਇਆ ਮੈਂ ਐਸਐਸਪੀਆਂ ਨੂੰ ਡੀਐਸਪੀਆਂ ਨੂੰ ਸੀਈਓ ਇੰਚਾਰਜਾਂ ਨੂੰ ਕਈ ਵਾਰੀ ਮੈਂ ਦੱਸਿਆ ਵੀ ਭਾਈ ਆਹ ਆਹ ਬੰਦੇ ਜ਼ਿਲ੍ਹੇ ਦੇ ਅੰਦਰ ਐ ਐਸਾ ਉਹਨਾਂ ਚਿੱਟਾ ਵੇਚ ਰਹੇ ਨੇ ਹੂੰ ਕੋਈ ਕਾਰਵਾਈ ਨਹੀਂ ਐਵੇਂ ਤੀਜੇ ਕਹਿੰਦੇ ਜੀ ਅਸੀਂ ਸਰਚ ਬਿਆਨ ਚਲਾਇਆ ਹੋਇਆ ਜੀ ਅਸੀਂ ਇੱਥੇ ਜਾ ਰਹੇ ਹਾਂ ਜੀ ਪਿੰਡਾਂ ਚ ਉੱਥੇ ਡਰਾਮਾ ਕਰਿਆ ਆਉਂਦੇ ਖਾਨਾ ਪੂਰਤੀ ਕਰ ਦਿੰਦੇ ਲੈ ਗਿਆ ਪੁਲਿਸ ਗੱਡੀਆਂ ਭਰ ਕੇ ਬੱਸਾਂ ਭਰ ਕੇ ਲੈ ਜਾਂਦੇ ਆ ਚਾਰਕਰਾਂ ਦੀ ਤਲਾਸ਼ੀ ਲੈ ਕੇ ਮੁੜੇ ਆਉਂਦੇ ਆ ਹੂੰ ਤੁਸੀਂ ਮੈਨੂੰ ਇਹ ਦੱਸੋ ਨਾ ਹੁਣ ਜੇ ਇੱਕ ਐਸਚਓ ਨੇ ਜਾਂ ਇੱਕ ਮੁਨਸ਼ੀ ਨੇ ਗੱਡੀ ਦੀ ਕਿਸ਼ਤ ਭਰਨੀ ਆ ਦੇ ਐਸਚਓ ਨੇ ਲੱਖ ਰੁਪਏ ਮਹੀਨੇ ਦੇ ਦੇਣਾ ਉਹ ਕਿਧਰ ਲੈ ਕੇ ਦਊਗਾ ਹੂੰ ਜਟੜਾ ਤੇ ਲੈ ਕੇ ਦਊ ਹੂੰ ਉਹ ਦਰਗਾਹਦੋਨੇ ਦੇਣਾ ਨਹੀਂ ਹੈ ਹੂੰ ਤੇ ਫਿਰ ਕਿਵੇਂ ਰੋਕ ਲੈਣਗੇ ਜਿਹੜੀਆਂ ਗੱਲਾਂ ਇਹ ਕਰਦੇ ਆ ਵੀ ਰਿਸ਼ਵਤ ਖੋਰੀ ਅਸੀਂ 0% ਨਹੀਂ ਬਰਦਾਸ਼ਤ ਕਰਾਂਗੇ ਜੀ ਅੱਜ ਤਾਂ ਚੱਟਾ ਖਤਮ ਕਰ ਦੇਾਂਗੇ ਜੀ ਕਿਵੇਂ ਰੋਕਣਗੇ ਪਰ ਇਹ ਤਾਂ ਵੱਡੀਆਂ ਸਟੇਜਾਂ ਤੇ ਤੁਸੀਂ ਕਹਿੰਦੇ ਰੋਕ ਦੇਣਗੇ ਨਹੀਂ ਕਹਿੰਦੇ ਵੱਡੀਆਂ ਸਟੇਜਾਂ ਤਾਂ ਬਈ ਇਹ ਪ੍ਰਚਾਰਿਆ ਜਾਂਦਾ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਚੁੱਕਿਆ ਰਿਸ਼ਵਤ ਖੋਰੀ ਪੰਜਾਬ ਦੇ ਵਿੱਚ ਬੰਦ ਹੋ ਚੁੱਕਿਆ ਕਹਿੰਦੇ ਅਸੀਂ ਨੰਬਰ ਦੇਤਾ ਵੀ ਜੇ ਜੇ ਵੀ ਕੋਈ ਰਿਸ਼ਵਤ ਲੈਂਦਾ ਆ ਤੁਸੀਂ ਨੰਬਰ ਤੇ ਸਾਨੂੰ ਦੱਸ ਦਿਓ ਦੇਖੋ ਚਲੋ ਮੈਂ ਤਾਂ ਮੈਨੂੰ ਤਾਂ ਕਹਿਣਗੇ ਜੀ ਵਿਰੋਧੀ ਆ ਜੀ ਸਿਆਸੀ ਵਿਰੋਧੀ ਆ ਜੀ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦਾ ਲੋਕਾਂ ਨੂੰ ਜਾ ਕੇ ਪੁੱਛੋ ਕੀ ਤਹਿਸੀਲਾਂ ਚ ਕੀ ਪਟਵਾਰੀਆਂ ਕੋਲੇ ਕੀ ਠਾਣਿਆਂ ਚ ਰਿਸ਼ਵਤ ਰੋਗੀ ਬੰਦ ਹੋ ਗਈ ਕੀ ਕੋਈ ਪੈਸਾ ਲੈਂਦਾ ਨਹੀਂ ਹੈ ਇਹ ਤੁਸੀਂ ਲੋਕਾਂ ਨੂੰ ਪੁੱਛ ਲਓ ਜਿਹੜਾ ਕੰਮ ਅੱਗੇ ਜਿਹੜੀ ਰਜਿਸਟਰੀ ਅੱਗੇ 5000 ਚੋਂ 35000 ਚ ਚੌਣ ਲੱਗ ਗਈ ਜਿਹੜਾ ਕੰਮ ਠਾਣੇ ਚ ਅੱਗੇ 5 ਜਾਂ 10000 ਚ ਹੋ ਜਾਂਦਾ 20 ਜਾਂ 30000 ਚ ਚੌਣ ਲੱਗ ਗਿਆ ਰੇਟ ਵੱਧ ਗਿਆ ਉਹ ਕਹਿੰਦੇ ਭਾਈ ਅੱਗੇ ਅਸੀਂ ਹੋਰ ਗੱਲ ਬਾਤ ਸੀ ਹੁਣ ਤਾਹਾਂ ਵੀ ਦੇਣੇ ਪੈਂਦੇ ਆ ਹਮ ਹਿੱਸਾ ਵੀ ਇਸ ਕਰਕੇ ਵਧਾਤਾ ਕੰਮ ਉਹਨਾਂ ਨੇ ਹਮ ਸੋ ਦੇਖੋ ਮੈਂ ਇਹਨਾਂ ਨੂੰ ਵਾਰ-ਵਾਰ ਇਹ ਗੱਲ ਕਹਿੰਦਾ ਮੈਂ ਇੱਕ ਠੋਕ ਕੇ ਗੱਲ ਕਹਿੰਦਾ ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਇਲਜ਼ਾਮ ਲਾ ਰਿਹਾ ਤੁਸੀਂ ਮੇਰੇ ਤੇ ਕੋਈ ਅਦਾਲਤ ਦੇ ਚ ਜਾ ਕੇ ਮੇਰੇ ਤੇ ਕੋਈ ਮੁਕੱਦਮਾ ਦਰਜ ਕਰਾਓ ਮੈਨੂੰ ਬੁਲਾਓ ਉੱਥੇ ਕਿਸੇ ਥਾਂ ਤੇ ਮੈਂ ਮੈਨੂੰ ਪੰਜਾਬ ਦਾ ਡੀਜੀਪੀ ਸੱਦੇ ਜਿਹੜੀ ਸੈਟ ਬਣੀ ਹੈ ਇਹਨਾਂ ਨੇ ਬਣਾਈ ਆ ਆਪਣੀ ਨਸ਼ਿਆਂ ਦੇ ਖਿਲਾਫ ਬਣਾਈ ਹੋਈ ਹੈ ਟੀਮ ਇਹਨਾਂ ਨੇ ਪੁਲਿਸ ਦੀ ਉਹ ਬੁਲਾ ਲੈਣਾ ਮੈਂ ਦੱਸ ਦਊਂਗਾ ਵੀ ਕੌਣ ਕੌਣ ਵੇਚਦੇ ਆ ਹਮ ਮੈਂ ਅਸਰ ਨੂੰ ਤਿਆਰ ਆ ਮੈਂ ਨਹੀਂ ਕਹਿੰਦਾ ਅਸਰ ਨੂੰ ਤਿਆਰ ਆ ਜੱਸ ਪਿੰਡਾਂ ਦੇ ਬੱਚੇ ਤੋਂ ਹੁਣ ਜਾਣੇ ਆ ਨਾ ਬਹੁਤ ਲੋਕ ਦੁਖੀ ਨੇ ਹਮ ਹੁਣ ਮੈਂ ਆਪਣੇ ਕੌਮਿੰਡ ਸਾਹ ਮੋਰਚੇ ਨੂੰ ਲੈ ਕੇ ਦੋ ਤਰੀਕ ਨੂੰ ਕਾਫਲਾ ਲੈ ਕੇ ਜਾਣਾ ਮਾਨਸਾ ਤੋਂ ਵਿਖੀ ਤੋਂ ਉਹਦੇ ਲਈ ਅਸੀਂ ਪਿੰਡਾਂ 'ਚ ਪ੍ਰਚਾਰ ਕਰਨ ਜਾਂਦੇ ਆ ਮੈਨੂੰ ਪਿੰਡਾਂ ਜਿਵੇਂ ਮੈਂ ਜਾਣਾ ਉੱਥੇ ਮਾਂ ਮਾਂ ਉੱਠ ਕੇ ਬਿਲਕਦੀਆਂ ਹਮ ਕਿ ਪੁੱਤ ਸਾਡੇ ਪਿੰਡ ਦੇ ਫਲਾਣੇ ਫਲਾਣੇ ਬੰਦੇ ਵੇਚੀ ਜਾਂਦੇ ਸ਼ਰਿਆਂ ਵਿੱਚੀ ਜਾਂਦੇ ਇਹ ਮੈਂ ਨਹੀਂ ਗੱਲ ਕਰਦਾ ਹਰ ਪਿੰਡ ਦਾ ਤੁਹਾਨੂੰ ਬੰਦਾ ਹਰ ਪਿੰਡ ਦੀ ਕੋਈ ਮਾਈ ਤੁਹਾਨੂੰ ਦੱਸ ਦੂਗੀ ਜੇ ਪੁਲਿਸ ਜਾ ਕੇ ਪੁੱਛਣਾ ਜੇ ਅਸਲ ਚਾਹੁੰਦੀ ਹੈ ਹੂੰ ਕਿ ਮਸਲੇ ਦਾ ਹੱਲ ਹੋ ਜਾਏ ਸਰਕਾਰ ਚਾਹੁੰਦੀ ਹੈ ਪਰ ਇਹਨਾਂ ਨੇ ਨਹੀਂ ਇਹ ਭਲੇਖਾ ਲੋਕਾਂ ਨੂੰ ਤੁਸੀਂ ਦੇਖੋ ਚੱਟੇ ਵਾਲੇ ਪਾਸੇ ਦੇਖ ਲਓ 10 ਮਹੀਨੇ ਹੋ ਗਏ ਕੋਈ ਇੱਕ ਵੀ ਕਦਮ ਪਟਿਆ ਪਰ ਚਿੱਟੇ ਦੇ ਪਿਛਲੇ ਦਿਨੀ ਭਗਵਾਨ ਸਿੰਘ ਮਾਨ ਚਿੱਟੇ ਤੇ ਕਹਿੰਦੇ ਦਿਖਾਈ ਦਿੱਤੇ ਕਹਿੰਦੇ ਅਸੀਂ ਕਰ ਰਹੇ ਹਾਂ ਸਾਨੂੰ ਪਤਾਬ ਕਰਨਾ ਕਿਵੇਂ ਆ ਚਿੱਟੇ ਵਾਲੇ ਪਾਸੇ ਟਾਈਮ ਲੱਗੂ ਪਰ ਹੌਲੀ-ਹੌਲੀ ਹੋਊ ਸਾਰਾ ਕੁਝ ਮੈਂ ਵਾਰ-ਵਾਰ ਉਹੀ ਗੱਲ ਕਹਿਣਾ ਵੀ ਮੈਨੂੰ ਸੱਦ ਲਓ ਮੇਰੇ ਜ਼ਿਲ੍ਹੇ ਚ ਹੋਰ ਬਥੇਰੀਆਂ ਇੱਥੇ ਵਿਚਾਰੀਆਂ ਮਾਵਾਂ ਬੈਠੀਆਂ ਨੇ ਪੂਰੇ ਪੰਜਾਬ ਦੀਆਂ ਮਾਵਾਂ ਬਿਰਕਦੀਆਂ ਉਹ ਦੱਸ ਦੇਣਗੇ ਵੀ ਸਾਡੇ ਪਿੰਡ ਚਾਹ ਵੇਚਦਾ ਹੂੰ ਜੇ ਕੋਸ ਕਰਨਾ ਕੀ ਕਰ ਰਹੇ ਹੋ ਦਸਤਾ ਦਿਓ 10 ਮਹੀਨੇ ਚ ਕੀਤਾ ਕੀ ਉਹ ਵੀ ਦੱਸ ਦਿਓ ਗੱਲਾਂ ਦਾ ਕਢਾਈ ਬਣਾਇਆ ਉਹ ਸਾਡੇ ਲੋਕ ਹੋਏ ਪਏ ਯਸ ਪਿੱਛੇ ਆਪਣਾ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀਗੇ ਯੂਨੀਵਰਸਿਟੀ ਚ ਲੁਧਿਆਣੇ ਉਹ ਬੋਲ ਰਹੇ ਨੇ ਥੱਲੇ ਲੋਕ ਤਾੜੀਆਂ ਮਾਰ ਰਹੇ ਨੇ ਉਹ ਚਾਰ ਚੁਟਕਲੇ ਸੁਣਾ ਇੱਕ ਦੀ ਕਹਾਣੀ ਸੁਣਾਈ ਲੋਕ ਤਾੜੀਆਂ ਮਾਰ ਕੇ ਖੁਸ਼ ਹੋ ਕੇ ਉਹ ਚੁਟਕਲੇ ਨਹੀਂ ਕੰਮ ਚ ਲਈ ਜਾਂਦਾ ਕਹਾਣੀਆਂ ਸੁਣਾ ਸੁਣਾਈ ਲੋਕਾਂ ਨੂੰ ਬرائی ਜਾਂਦਾ ਚੁਟਕਲੇ ਨਾਲ ਗੱਲ ਨਹੀਂ ਨਾ ਬਣਨੀ ਹੁਣ ਇਹ ਤਾਂ ਇਹ ਤਾਂ ਉਹੀ ਗੱਲ ਕਰੀ ਜਾਂਦੇ ਆ ਯਸ ਵੀ ਹੁਣ ਹੁਣ ਤੂੰ ਸੱਤਾ ਚਾਹਤ ਤੇਰੇ ਕੋਲ ਸਰਕਾਰ ਆ ਤੂੰ ਮਾਲਕਾਂ ਪੰਜਾਬ ਦਾ ਹੁਣ ਜਵਾਬਦੇ ਤੂੰ ਆ ਜੀ ਇਹ ਆਪ ਦੀ ਗੱਲ ਜਿਹੜੀ ਇਹਨੂੰ ਕੋਈ ਪੁੱਛਦਾ ਹੈ ਇਹ ਬਾਦਲਾਂ ਦੇ ਸਿਰਦ ਹੁੰਦਾ ਲਾ ਜਾ ਕੇ ਇਹ ਕੈਪਟਨ ਦੇ ਸਿਰਦ ਹੁੰਦਾ ਇਹ ਚੰਡੀ ਦੇ ਸਿਰਦ ਹੁੰਦਾ ਇਹ ਸੱਦੂ ਦੇ ਸਿਰਦ ਹੁੰਦਾ ਵੀ ਅੱਜ ਤਾਂ ਯਾਰ ਉਹ ਗਏ ਉਹ ਤਾਂ ਲੋਕਾਂ ਨੇ ਸਾਫਕਾਰ ਤੇ ਪੁੰਝ ਕੇ ਰੱਖਤੇ ਤੇਰੇ ਕੋਲ ਲੋਕਾਂ ਨੇ ਬਾਗ ਡੋਰ ਦਿੱਤੀ ਆ ਪੰਜਾਬ ਦੀ ਤੂੰ ਜਵਾਬ ਦੇ ਆ ਤੂੰ ਦੱਸ ਦਸਾਂ ਮਹੀਨੇ ਦੇ ਵਿੱਚ ਕਿਹੜਾ ਕਿਹੜੇ ਪਾਸੇ ਤੁਸੀਂ ਪੰਜਾਬ ਦਾ ਕੀ ਕੀਤਾ ਪਰਵਾਸ ਕਰਕੇ ਸਾਡੀ ਜਵਾਨੀ ਪੰਜਾਬ ਖਾਲੀ ਹੋ ਰਿਹਾ ਹੈ ਕੋਈ ਹੈ ਚਿੰਤਾ ਦਾ ਵਿਸ਼ਾ ਬਾਹਰਲੇ ਇਤਿਆ ਸਾਡੀਆਂ ਨੌਕਰੀਆਂ ਤੇ ਕਾਬਜ ਹੋਈ ਜਾਂਦੇ ਆ ਕੋਈ ਹੈਗੀ ਚਿੰਤਾ ਇਹਨਾਂ ਨੂੰ ਹੂੰ ਕਿ ਇਹ ਜਿਹੜੇ ਹਾਲਾਤ ਪਾਣੀ ਸਾਡਾ ਅਗਲੇ ਖੋ ਕੇ ਉਹ ਲੈ ਕੇ ਨਹਿਰ ਪੱਕੀ ਕਰਕੇ ਰਾਜਸਥਾਨ ਵਾਲੀ ਕਿੰਨਾ ਪਾਣੀ ਸਾਡਾ ਲਫਾਫਾ ਪਾ ਕੇ ਉਹਨਾਂ ਨੇ ਹੋਰ ਪੱਕੀ ਕਰਕੇ ਲੈ ਜਾਣਾ ਹੂੰ ਡੈਮਾਂ ਦੇ ਪ੍ਰਬੰਧਕ ਲਿਆ ਨੇ ਖੋਲੇ ਹੂੰ ਰਾਜਧਾਨੀ ਦੀ ਇਹ ਨਹੀਂ ਗੱਲ ਕਰਦੇ ਹੂੰ ਦੱਸੋ ਕਿਹੜੇ ਪਾਸਿਓ ਕੋਈ ਤਾਂ ਕਦਮ ਦੱਸ ਦੇ ਭਾਈ ਅਸੀਂ ਅਸੀਂ ਪੰਜਾਬ ਦੇ ਪੱਖ ਤੋਂ ਆ ਗੱਲ ਕਰ ਰਹੇ ਆ ਹੂੰ ਕਟੇਲਾ ਪਦ ਗੱਲ ਹੀ ਕਰ ਰਹੇ ਆ ਜ਼ਿਕਰੀ ਕਰ ਰਹੇ ਆ ਰੇਂਦਾ ਖੁੰਦਾ ਕਸਰਾ ਇਹਨਰੇ ਐਮਐਲਏ ਕੱਢੀ ਜਾਂਦੇ ਆ ਕੀ ਗੱਲ ਕੀ ਲੱਗਦਾ ਬਾਈ ਕਿ ਇਹ ਹੇਠਲੇ ਪੱਧਰ ਦਾ ਭ੍ਰਸ਼ਟਾਚਾਰ ਉੱਪਰਲੇ ਪੱਧਰ ਤੱਕ ਪਹੁੰਚ ਹੀ ਨਹੀਂ ਰਿਹਾ ਉਹਨਾਂ ਕੋਲੇ ਇਹ ਗੱਲਬਾਤ ਹੀ ਨਹੀਂ ਜਾ ਰਹੀ ਕਿ ਹੇਠਲੇ ਵਰਤੇ ਹੋ ਕੀ ਰਿਹਾ ਨਹੀਂ ਨਹੀਂ ਇਹ ਦੇਖੋ ਇਹ ਸਾਨੂੰ ਇੱਕ ਬਹਿਮ ਆ ਵੀ ਇਹ ਇਸ ਉੱਪਰ ਤੱਕ ਗੱਲ ਨਹੀਂ ਜਾਂਦੀ ਇਹ ਤਾਂ ਇੱਕ ਪੈਸਾ ਇਕੱਠਾ ਕਰਨ ਦਾ ਉੱਪਰ ਲਿਆ ਨਹੀਂ ਅਦੇ ਤੋਂ ਉੱਪਰ ਲੰਘੀ ਇਹ ਇਹਦਾ ਦਿੱਲੀ ਬੈਠਿਆਂ ਨੇ ਖਦਿੱਤਾ ਜਿਹੜੇ ਬੈਠੇ ਆ ਚੱਡੇ ਅਰਗੇ ਦੇ ਕੇਜਰੀਵਾਲ ਵਰਗੇ ਹੋ ਸਕਦਾ ਮੈਂ ਕਹਨਾ ਭਵੰਤ ਨੂੰ ਪਤਾ ਵੀ ਨਾ ਹੋਵੇ ਇਹ ਵੀ ਮੈਨੂੰ ਹੋ ਸਕਦਾ ਮੈਂ ਕਹਨਾ ਇਹ ਹੋ ਸਕਦਾ ਇਹਨੂੰ ਬਾਈਪਾਸ ਹੀ ਕਰੀ ਜਾਂਦੇ ਹੁਣ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਹੈ ਬਾਈ ਨਹੀਂ ਜੇ ਮੁੱਖ ਮੰਤਰੀ ਹੈ ਤੇ ਕੋਈ ਫੈਸਲਾ ਲੱਗਿਆ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਸਾਨੂੰ ਸੁਣਨ ਚ ਆਇਆ ਕਿ ਇਹਨੇ ਪੰਜਾਬ ਪੱਖੀ ਕੋਈ ਫੈਸਲਾ ਲੈ ਲਿਆ ਹੋਵੇ ਹੁਣ ਚਿਹਰ ਪਰਸਨ ਲਾਈ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤਸਵੀਰ ਵੇਦੀ ਲੈ ਕੇ ਦਿੱਲੀ ਤੋਂ पीएस ਰਟਾਇਡ اچھا ਇਹਨਾਂ ਨੂੰ ਇਸ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਵਿੱਚੋਂ ਕੋਈ ਬੰਦੇ ਨਹੀਂ ਮਿਲਿਆ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਚੇਰ ਮੈਂ ਲਾਉਣਾ ਸੀਗਾ ਉਹਨਾਂ ਨੇ ਉਹ ਇੱਕ ਰਟਾਇਰ ਲਿਆ ਕੇ ਲਾਤੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਹਜ਼ਾਰਾਂ ਕਾਲਜ ਆਉਂਦੇ ਨੇ ਪੰਜਾਬ ਦੇ ਮੋਟਾ ਰਪਿਆ ਉਥੇ ਜਿਹਨੇ ਦਰੁਦਰ ਕਰਨਾ ਹੈ ਪੰਜਾਬ ਦਾ ਬੰਦਾ ਉੱਥੇ ਬੈਠਾ ਮੰਨ ਲਓ ਤਾਂ ਉਹ 100 ਵਾਰੀ ਬੰਦਾ ਡਰਦਾ ਵੀ ਹੈ ਉਹਦੀ ਜਵਾਬਦੇਹੀ ਵੀ ਹੁੰਦੀ ਹੈ ਉਹ ਥੋੜਾ ਸੋਚਦਾ ਵੀ ਹੈ ਪੰਜਾਬ ਦਿੱਲੀ ਨੂੰ ਲਿਆ ਕੇ ਬਿਠਾਇਆ ਇਸ ਕਰਕੇ ਵੀ ਜਿੰਨਾ ਖਿੱਤੀ ਚੁਰਿਆ ਦੱਬੀ ਤੁਰਿਆ ਉਹ ਇਕੱਠਾ ਕਰ ਲੋ ਜਿੰਨਾ ਕਰਨਾ ਪੈਸਾ ਹੁਣ ਇੱਥੋਂ ਸਮਝ ਲੱਗਦੀ ਹੈ ਨਾ ਵੀ ਯਾਰ ਕਿਹੜਾ ਫੈਸਲਾ ਜਿਹੜਾ ਪੰਜਾਬ ਪੱਕੀ ਹੋਂ ਤੱਕ ਫੈਸਲਾ ਹੋਇਆ ਜਿੰਨੇ ਉੱਚੇ ਅਹੁਦਿਆਂ ਦੇ ਉੱਤੇ ਬੰਦੇ ਲਿਆ ਲਿਆ ਬਿਠਾਏ ਉਹਨਾਂ ਨੇ ਵੱਡੀਆਂ ਪੋਸਟਾਂ ਦੇ ਉੱਤੇ ਸਾਰੇ ਦਿੱਲੀ ਤੋਂ ਲਿਆ ਕੇ ਬਿਠਾ ਦੇ ਉਹਨਾਂ ਨੇ ਆਪਣੇ ਬੰਦੇ ਫਿੱਟ ਕਰਤੇ ਤਾਂ ਮੈਨੂੰ ਲੱਗਦਾ ਕਿ ਭਵਾਨਤਰੀ ਦਾ ਮਤਲਬ ਪੁੱਛੋ ਵਿੱਚ ਹੈ ਹੀ ਨਹੀਂ ਕੋਈ ਹੂੰ ਪਵੰਦ ਦਾ ਬਾਈਪਾਸ ਕਰੀ ਬੱਟੇ ਕੋਈ ਗੱਲ ਨਹੀਂ ਤੂੰ ਆ ਦਾ ਜਿਹੜਾ ਚਲਾਈ ਜਣਾ ਚਲਾਈ ਚੱਲ ਕੰਮ ਜਿੰਨਾ ਕਿ ਚੱਲਦਾ ਤੇ ਸਾਡੇ ਨਾਲ ਹੁਣ ਤਾਂ ਇਸ ਕਰਕੇ ਜਿਹੜਾ ਇਹ ਵੀ ਇੱਥੋਂ ਤੱਕ ਵੀ ਮੈਂ ਸੁਣਿਆ ਕਿ ਜਿਹਨੇ ਕੋਈ ਐਸਐਸਪੀ ਲੱਗਣਾ ਡੀਸੀ ਲੱਗਣਾ ਉਹ ਸੱਦਾ ਜਾ ਕੇ ਦਿੱਲੀ ਮਿਲਦਾ ਹੂੰ ਇੰਨ ਦੀ ਆਸ ਮੇਂਦਰ ਵੀ ਕਾਫੀ ਇਸ ਗੱਲ ਨੂੰ ਲੈ ਕੇ ਬਹਿਸ-ਵਸਾਈ ਹੋ ਰਹੀ ਆ ਹੂੰ ਕਿ ਮੇਰੀ ਕੋਈ ਬਚਕਿਛ ਨਹੀਂ ਹੈਗੀ ਹੂੰ ਉਹ ਕਹਿੰਦੇ ਵਾ ਤੂੰ ਨਾ ਦਾ ਮੁੱਖ ਮੰਤਰੀ ਆ ਕੱਲੀ ਮੋਹਰ ਲਾ ਛੱਡਿਆ ਕਰ ਜੇ ਲੋਕਾਂ ਨੂੰ ਚਾਹਤ ਕਲੇਸਨਾ ਆ ਕੇ ਮਾੜਾ ਮੋਟਾ ਸਾਹ ਸਾਡਾ ਕਰ ਹੋਰ ਨਹੀਂ ਤੂੰ ਕੁਝ ਕਰਨਾ ਜੋ ਕਰਨਾ ਉਹ ਅਸੀਂ ਕਰਾਂਗੇ ਪਰ ਪਿਛਲੀ ਪ੍ਰੈਸ ਕਾਨਫਰੰਸ 'ਚ ਇਹ ਵੀ ਕਹਿੰਦੇ ਰਹੇ ਕਿ ਕਹਿੰਦੇ ਜਦੋਂ ਉਹਨਾਂ ਦੇ ਵਾਪਸੀ ਫੈਸਲਿਆਂ ਤੇ ਸਵਾਲ ਹੁੰਦਾ ਤਾਂ ਉਹ ਕਹਿੰਦੇ ਅਸੀਂ ਫੈਸਲੇ ਵਾਪਸ ਤਾਂ ਕਰਦੇ ਆ ਜਿਹੜੇ ਸਾਡੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਕਹਿੰਦੇ ਅਸੀਂ ਵੀ ਇਨਸਾਨ ਆ ਗਲਤੀ ਹੋ ਸਕਦੀ ਹੈ ਜੇ ਮੈਥੋਂ ਗਾ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਜੇ ਮੈਥੋਂ ਗਲਤੀ ਹੁੰਦੀ ਹੈ ਮੇਰੇ ਲੋਕ ਕਹਿੰਦੇ ਨੇ ਤਾਂ ਮੈਨੂੰ ਲੱਗਦਾ ਕਿ ਮੇਰੇ ਲੋਕਾਂ ਦੇ ਹਿੱਤ ਦਾ ਮੇਰੇ ਲੋਕਾਂ ਦੇ ਪੱਖ ਦਾ ਫੈਸਲਾ ਨਹੀਂ ਤਾਂ ਕਰਕੇ ਮੈਂ ਵਾਪਸ ਕਰ ਲੈਣਾ ਕਿਹੜੇ ਫੈਸਲੇ ਹੂੰ ਮਾਨਸਾਲਾ ਮੰਤਰੀ ਉਹ ਫਿਰ ਦਾ ਅੱਜ ਕੰਮ ਕਰਦਾ ਹੂੰ ਸਰਾਰੀ ਵਾਲਾ ਇਹਨੇ ਕੀ ਕਰ ਲਿਆ ਹੂੰ ਦਸਤਾ ਦੇ ਉਹ ਵੀ ਆ ਅਸੀਂ ਭਾਈ ਫੈਸਲਾ ਕੀਤਾ ਲੋਕ ਮੈਂ ਤਾਂ ਬਾਰ ਬਾਰ ਪਉਦਾ ਉਹ ਤਾਂ ਉਦੋਂ ਹੁਣ ਜੇ ਆਪਾਂ ਜੀਰੇ ਮੋਰਚੇ ਦੀ ਗੱਲ ਕਰਦੇ ਹੂੰ ਜਿਹੜਾ ਫੈਕਟਰੀ ਵਾਲਾ ਮੋਰਚਾ ਹੂੰ ਉੱਥੇ ਲੋਕਾਂ ਨੇ ਆਪਣੀ ਤਾਕਤ ਚੋਕੀ ਆ ਹੂੰ ਤਾਂ ਇਹ ਪਿੱਛੇ ਹਟਿਆ ਹੂੰ ਪਹਿਲਾਂ ਤਾਂ ਇਹਨੇ 30000 ਦਾ ਪੁਲਸ ਉੱਤੇ ਲਾ ਰੱਖੀ ਸੀ ਹੂੰ ਇਹ ਤਾਂ ਪੂਰਾ ਇਸ ਗੱਲ ਨੂੰ ਹਾਈ ਕੋਰਟ ਦੀ ਹਦਾਇਤਾਂ ਜੀ ਇਹਦਾ ਮੋਰਚਾ ਪਿੱਛੇ ਹਟਾਉਣੇ ਹਟਾਉਣਾ ਉਹਦੇ ਲੋਕ ਅੜ ਗਏ ਫੇਰੇ ਪਿੱਛੇ हट ਗਏ ਅੱਛਾ ਉਹਦੇ ਵਿੱਚ ਵੀ ਚਲਾਕੀ ਦੇਖੋ ਹਲੇ ਲਿਖਤੀ ਪੜਤੀ ਉਹਦੇ ਡੀਸੀ ਬੋਲ ਕੇ ਤੁਰ ਗਏ ਉਹਦੇ ਹਲੇ ਉਹ ਲਿਖਤੀ ਪੜਤੀ ਸਰਕਾਰ ਨੇ ਨਹੀਂ ਦਿੱਤਾ ਹਾਂ ਯਹਾਂ ਪੇ ਅਸੀਂ ਫੈਕਟਰੀ ਬੰਦ ਕਰ ਉਹ ਕਹਿੰਦੇ ਦੇਵਾਂਗੇ ਕਦੋਂ ਦੇਣਗੇ ਉਹਨਾਂ ਦਾ 2 ਮਹੀਨੇ ਹੋ ਗਏ ਗੱਲ ਨੂੰ ਇਸ ਕਰਕੇ ਇਹ ਜਿਹੜਾ ਮਾਹੌਲ ਬਣੀ ਜਾਂਦਾ ਨਾ ਪੰਜਾਬ ਦੇ ਅੰਦਰ ਹੁਣ ਸਾਡੇ ਲੋਕ ਵੀ ਜੱਸ ਹੋਏ ਜਿਹੇ ਖੜੇ ਆ ਵੀ ਬਸ ਅੱਖਾਂ ਦੇ ਪੱਟੀ ਬੰਨੀ ਆ ਹਾਂ ਗੁਰ ਤੁਸੀਂ ਦੇਖੋ ਆਪਾਂ ਗੱਲਬਾਤ ਕਰ ਰਹੇ ਹਾਂ ਕਈ ਇਹਨਾਂ ਦੇ ਹਜੇ ਭਗਤ ਹੋਣਗੇ ਉਹ ਆਪਾਂ ਨੂੰ ਪੁੱਠਾ ਸਿੱਧਾ ਕਹਿਣਗੇ ਬੁਰਾ ਭਲਾ ਕਹਿਣਗੇ ਉਹਨਾਂ ਨੇ ਇਹ ਤਾਂ ਸਮਝ ਨਹੀਂ ਲੱਗ ਉਹਨਾਂ ਨੂੰ ਆ ਰਹੀ ਵੀਰ ਦੇਖੋ ਅਸੀਂ ਤਾਂ ਪੰਜਾਬ ਦੇ ਭਲੇ ਦੀ ਗੱਲ ਕਰ ਰਹੇ ਹਾਂ ਜੀ ਇੱਥੇ ਬਾਦਲ ਸੀ ਅਸੀਂ ਬਾਦਲਾਂ ਦੇ ਖਿਲਾਫ ਵੀ ਬੋਲੇ ਹਾਂ ਜੀ ਇੱਥੇ ਕਾਂਗਰਸੀ ਸੀ ਉਹਨਾਂ ਦੇ ਖਿਲਾਫ ਵੀ ਬੋਲੇ ਹਾਂ ਅੱਜ ਹੁਣ ਇਹ ਨੇ ਤਾਂ ਇਹਨਾਂ ਦਾ ਇਹ ਫਰਜ਼ ਬਣਦਾ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਦੇ ਬਹੁਤ ਵੱਡੇ ਪੱਦਰ ਦੇ ਉੱਤੇ ਨੂੰ ਜਤਾਇਆ ਹੂੰ ਤੇ ਇਹ ਪੰਜਾਬ ਲਈ ਕੁਛ ਕਰ। ਅੱਛਾ ਇੱਕ ਚੀਜ਼ ਆ ਤੁਸੀਂ ਬੁਰੇਪਲੇ ਦੀ ਗੱਲ ਕਰੀ ਆ ਹਾਲਾਂਕਿ ਟੌਪਿਕ ਤਾਂ ਅਟਕਿਸ ਵਾਲਾ ਜਦੋਂ ਬੁਰਾਪਲਾ ਬੋਲਦਿਆ ਲੱਖੇ ਨੂੰ ਫਰਕ ਪੈਂਦਾ ਉਹਦੇ ਨਾਲ ਨਹੀਂ ਦੇਖੋ ਤੁਸੀਂ ਮੈਂ ਗੱਲਾਂ ਦੀ ਕਦੇ ਪਰਵਾਹ ਨਹੀਂ ਕੀਤੀ। ਹੂੰ ਤੁਸੀਂ ਤਾਂ ਚਲਦੇ ਹੋ ਨਾ। ਹੂੰ ਸ਼ੁਰੂ ਤੋਂ ਸਾਡਾ ਵਿਰੋਧ ਹੁੰਦਾ ਹੀ ਹੈ। ਹੂੰ ਦੇਖੋ ਹੌਲੀ-ਹੌਲੀ ਲੋਕਾਂ ਨੂੰ ਸਮਝ ਆਉਂਦੀ ਹੈ ਜਦੋਂ ਮੈਂ ਤੁਹਾਨੂੰ ਦੱਸਦਾ ਮੈਂ ਵੋਟਾਂ ਤੋਂ ਪਹਿਲਾਂ ਹੂੰ ਵੋਟਾਂ ਤੋਂ ਪਹਿਲਾਂ ਜਦੋਂ ਮੈਂ ਪਿੰਡਾਂ 'ਚ ਪ੍ਰਚਾਰ ਕਰਨ ਜਾਂਦਾ ਤਾਂ ਮੈਂ ਇੱਕ ਗੱਲ ਕਹਿੰਦਾ ਸੀ ਕਿ ਤੁਸੀਂ ਇੱਕ ਮੋਦੀ ਹਰਾ ਕੇ ਆਏ ਹੋ। ਹੂੰ ਦੂਜਾ ਮੋਦੀ ਕੇਜਰੀਵਾਲ ਪੰਜਾਬ ਨਾ ਬੜ ਲਿਓ ਹੂੰ ਲੋਕਾਂ ਨੇ ਮੈਨੂੰ ਬਹੁਤ ਮੇਰੇ ਮੂੰਹ ਤੇ ਵੀ ਉੱਥੇ ਮੈਨੂੰ ਸਵਾਲ ਕਰਨੇ ਲੋਕਾਂ ਨੇ ਮੈਨੂੰ ਬੁਰਾ ਭਲਾ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਨੂੰ ਉੱਠੀਆਂ ਸਿੱਧੀਆਂ ਗਾਲਾਂ ਵੀ ਕੱਢਣੀਆਂ ਮੈਂ ਕੋਈ ਕਰ ਨਹੀਂ ਮੈਨੂੰ ਮੈਨੂੰ ਹਜ਼ਾਰ ਕੱਢ ਲੋਗਾ ਮੈਨੂੰ ਕੋਈ ਪਰਵਾਹ ਨਹੀਂ ਪਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਝ ਪਾਉਗੀ ਤਾਂ ਤੁਹਾਨੂੰ ਇਸ ਗੱਲ ਦਾ ਪਸਤਾਵਾ ਵੀ ਹੋਊਗਾ ਹੂੰ ਕਿ ਹਾਂ ਵਾਕਈ ਇਹ ਗੱਲ ਸਹੀ ਸੀ ਹੂੰ ਜੇ ਨਹੀਂ ਬਹੁਤ ਹੁਣ ਮਿਲ ਜਾਂਦੇ ਨੇ ਹੂੰ ਇਦੋਂ ਹੁਣ ਪਿੰਡਾਂ ਜਾਣੇ ਆ ਕਿ ਭਾਈ ਤੂੰ ਤਾਂ ਪਹਿਲਾਂ ਹੀ ਸਾਡੇ ਕੋਲੇ ਗੱਲਾਂ ਸਟੇਜਾਂ ਦੇ ਕਹਿੰਦਾ ਰਿਹਾ ਵਾਕੇ ਅਸੀਂ ਗੱਲ ਸਮਝੇ ਨਹੀਂ ਮੈਂ ਕਿਹਾ ਸਮਝ ਚਲੋ ਪੈ ਤਾਂ ਗਈ ਨਾ ਅੱਜ ਵੀ ਪੈ ਗਈ ਇੰਨਾ ਹੀ ਬਹੁਤ ਆ ਹੁਣ ਤਾਂ ਪਤਾ ਲੱਗ ਗਿਆ ਨੇ ਵੀ ਕੀ ਆ ਤੇ ਕੀ ਕਰਨਗੇ ਪੰਜਾਬ ਦੇ ਨਾਲ ਸੋ ਇਸ ਕਰਕੇ ਇਹ ਮੈਂ ਹੋਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜੇ ਅਸੀਂ ਕੋਈ ਰਾਹ ਜਿਹੜਾ ਹੁੰਦਾ ਨਾ ਸੱਚਾਈ ਵਾਲਾ ਸੱਚ ਵਾਲਾ ਇਹ ਕੰਡਿਆਂ ਦਾ ਰਾਹ ਆ ਇਹ ਕੋਈ ਫੁੱਲਾਂ ਦੀ ਸੇਜ ਤਾਂ ਹੈ ਨਹੀਂ ਇਹ ਚੱਲਣਾ ਬੜਾ ਔਖਾ ਬੜਾ ਮੁਸ਼ਕਲ ਹੈ ਬੜੇ ਵਿਰੋਧ ਵੀ ਹੁੰਦੇ ਨੇ ਬੜੇ ਲੱਤਾਂ ਹੀ ਬੜੀਆਂ ਖਿੱਚੀਆਂ ਜਾਂਦੀਆਂ ਨੇ ਪਰ ਅਖੀਰ ਹੌਲੀ ਹੌਲੀ ਜੇ ਤੁਸੀਂ ਆਪਣੀ ਇੱਕੋ ਹੀ ਗੱਲ ਦੇ ਉੱਤੇ ਲੱਗੇ ਰਹਿੰਦੇ ਆ ਲਗਨ ਦੇ ਨਾਲ ਮਿਹਨਤ ਦੇ ਨਾਲ ਤਾਂ ਅਖੀਰ ਕਿਤੇ ਨਾ ਕਿਤੇ ਲੋਕ ਜਾ ਕੇ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦੇ ਕਮੇਨ ਸਾਹਿਬ ਮੋਰਚੀ ਤੁਸੀਂ ਬਈ ਗੱਲ ਕੀਤੀ ਆ ਪਿਛਲੇ ਦਿਨੀ ਭਗਵੰਤ ਸਿੰਘ ਮਾਣ ਵੱਲੋਂ ਇੱਕ ਕਮੈਂਟ ਕੀਤਾ ਜਾਂਦਾ ਦਸਤਕਦ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੇ ਕਿਹਾ ਇੱਥੋਂ ਤੱਕ ਜਾਂਦਾ ਕਿ ਹੁਣ ਤਾਂ ਬਾਦਲ ਸਾਹਿਬ ਭਵੇਂ ਪੈਰਾਂ ਦੇ ਗੁੱਠੇ ਵੀ ਲਾ ਲੋ ਹੁਣ ਫਰਕ ਕੋਈ ਨਹੀਂ ਪੈਣਾ ਹੁਣ ਤੁਹਾਡੀ ਜਿਹੜੀ ਆ ਕਿਤੇ ਵੀ ਚੱਲਣੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੇਲਾ ਸੀ ਇਹ ਕੰਮ ਕਰਨ ਦਾ ਉਦੋਂ ਕੀਤਾ ਨਹੀਂ ਉਹ ਕਹਿੰਦੇ ਨੇ ਕਿ ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ ਗੱਲ ਇਹ ਹੋਈ ਪਈ ਆ ਦੇਖੋ ਜਿase ਗੱਲ ਬਿਲਕੁਲ ਜਾਇਜ਼ ਹੈ ਕਿ ਜਦੋਂ ਬਾਦਲ ਲਾਣਾ ਤਾਕਤ ਸੀਗਾ ਉਹਨਾਂ ਕੋਲੇ ਹੱਥ ਤੇ ਸਰਕਾਰ ਸੀਗੀ ਉਹਨਾਂ ਦੇ ਸੈਂਟਰ ਦੇ ਵਿੱਚ ਵੀ ਕੇਂਦਰ ਚ ਉਹਨਾਂ ਦੇ ਵਜ਼ੀਰ ਸੀਗੇ ਉਹਨਾਂ ਦੀ ਯਾਰੀ ਵੀ ਆਜਪਾਈ ਦੇ ਨਾਲ ਬਾਦਲ ਦੀ ਵੱਡੇ ਦੀ ਤੇ ਬੜੀ ਗੂੜੀ ਸੀ ਉਦੋਂ ਬਾਦਲਵਾਨੀ ਵਰਗਿਆਂ ਨਾਲ ਫਿਰ ਮੋਦੀ ਦੇ ਨਾਲ ਤਾਂ ਉਦੋਂ ਤਾਂ ਉਹਨਾਂ ਨੇ ਕੋਈ ਚਾਰਾ ਜੋਈ ਕੀਤੀ ਨਹੀਂ ਉਹਦਾ ਤੁਸੀਂ ਇਹਦਾ ਸਾਰਾ ਗੱਲਾਂ ਅੱਜ ਵੀ ਰਿਕਾਰਡ ਚ ਪਈਆਂ ਨੇ ਉਹਨਾਂ ਦੇ ਬਿਆਨ ਅੱਜ ਵੀ ਅਖਬਾਰਾਂ ਚ ਪਏ ਨੇ ਉਸ ਸਮੇਂ ਦੀਆਂ ਬੋਲੀਆਂ ਹੋਈਆਂ ਗੱਲਾਂ ਅੱਜ ਵੀ ਤੁਹਾਨੂੰ ਮਿਲ ਜਾਣੀਆਂ ਵੀਡੀਓ ਜਿਨ੍ਹਾਂ ਦੇ ਸੁਖਵੀਰ ਬਾਦਲੇ ਕਹਿੰਦਾ ਰਿਹਾ ਕਿ ਜੇ ਇਹ ਬਾਹਰ ਆ ਗਏ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਹੂੰ। ਸੋ ਅੱਜ ਉਹਨਾਂ ਨੂੰ ਉਹ ਬੰਦੇ ਉਹ ਸਾਰੀ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀਆਂ ਸਾਰੀਆਂ ਕੀਤੀਆਂ ਕਰਾਈਆਂ ਸਾਰੀਆਂ ਫੇਲ ਹੋ ਗਈਆਂ। ਹੂੰ। ਤਾਂ ਅਖੀਰ ਉਹਨਾਂ ਨੇ ਫਿਰ ਹੁਣ ਇਹ ਪੰਥੜਾ ਬਣਾਇਆ ਕਿ ਅਸੀਂ ਕੀ ਆ ਜਾਂਦੇ ਜਾਂਦੇ ਸਾਨੂੰ ਇਸ ਗੱਲ ਦਾ ਸਹਾਰਾ ਮਿਲ ਜੇ ਕਿ ਅਸੀਂ ਪੰਥ ਜਿਹੜਾ ਜਿਹੜੀ ਪੰਥਰੀ ਰਾਜਨੀਤੀ ਸੀ ਅਸਲ ਤਾਂ ਇਹ ਆਪਣੇ ਆਪ ਨੂੰ ਪੰਥ ਦੀ ਪਾਰਟੀ ਕਹਾਉਂਦੀ ਸੀ ਨਾ ਪੰਥਕ ਪਾਰਟੀ। ਤਾਂ ਇਹਨਾਂ ਨੇ ਚਲੋ ਇਹ ਤਾਂ 97 ਚ ਹੀ ਇਹਨੇ ਬਾਦਲ ਨੇ ਭੋਗ ਪਾਤਾ ਸੀ 95 ਚ ਹੀ ਪੰਥ ਪਾਰਟੀ ਦਾ ਪੰਥਕ ਪਾਰਟੀ ਦਾ ਤੇ ਚਲੋ ਇਹਨਾਂ ਨੂੰ ਹੁਣ ਲੱਗਿਆ ਵੀ ਅਸੀਂ ਸਾਰਾ ਸਰਸਰ ਸਾਧ ਨੂੰ ਮਾਫੀ ਵੀ ਦੇ ਕੇ ਦੇਖ ਲਈ ਹਮਮ ਹੋਰ ਬહેરાਾ ਕੁਛ ਅਸੀਂ ਕਰਕੇ ਦੇਖ ਲਿਆ ਤੇ ਉਹ ਗੱਲਾਂ ਸੂਤ ਨਹੀਂ ਆਈਆਂ ਵੀ ਹੁਣ ਕੀ ਆ ਪੰਥਰਾ ਸਾਰਾ ਲੈ ਲਗੇ ਹੁਣ ਤਾਂ ਇਹ ਬਸ ਜਿਵੇਂ ਮਨ ਵਿੱਚ ਕੋਈ ਬੰਦਾ ਡੁੱਬਦਾ ਹੁੰਦਾ ਨਾ ਹਮਮ ਤੇ ਉਹਨੂੰ ਮਾੜੇ ਮੋٹے ਤੜ ਕਾ ਦੀ ਉਹਦਾ ਵੀ ਸਾਰਾ ਭਾਲਦਾ ਹੁੰਦਾ ਬੰਦਾ ਮਿੱਕੀਆ ਮੈਂ ਭੱਜ ਜਾऊं ਹੁਣ ਤਾਂ ਇਹ ਬਾਦਲ ਉਹ ਗੱਲ ਕਰ ਰਹੇ ਆ ਅੱਕੀ ਪੁਲਾਹੀ ਹੱਥ ਮਾਰਦੇ ਫਿਰਦੇ ਆ ਪਰ ਗੱਲ ਹੁਣ ਚਲੋ ਉਹਦਾ ਛੱਡ ਦਿਓ ਉਹ ਤਾਂ ਉਹਨਾਂ ਨੇ ਜੋ ਕੀਤਾ ਕੀਤਾ ਆਪਾਂ ਸਾਰੇ ਜਾਣਦੇ ਆ ਮੈਂ ਗੱਲ ਕਰਦਾ ਪੰਸੇਗ ਮਾਨ ਦੀ ਠੀਕ ਆ ਭਾਈ ਨਾ ਉਹਨਾਂ ਦੇ ਹੱਥਾਂ ਦੇ ਗੁੱਠੇ ਚੱਲਣ ਨਾ ਪੈਰਾਂ ਦੇ ਚੱਲਣ ਚਾਹੇ ਸਾਰਾ ਬਾਦਲ ਲਿਬੜ ਕੇ ਸ਼ਾਹੀ ਨਾਲ ਕਦੇ ਕਾਜ ਦੇ ਉੱਤੇ ਲਟ ਜੇ ਤਾਂ ਵੀ ਚੱਲਣਾ ਆਪਾਂ ਮੰਨ ਲੈਨੇ ਆ ਕੁੰਤਾ ਪੰਜਾਬ ਦਾ ਮੁੱਖ ਮੰਤਰੀ ਆ ਤੇਰੇ ਕੋਲ ਤਾਂ ਤੇਰੇ ਪੈਨ ਚ ਤੇਰੀ ਕਲਮ ਚ ਤਾਕਤ ਹੈ ਤੇਰੇ ਦਸਕਪਾਂ ਚ ਤਾਕਤ ਹੈ ਭਾਈ ਤੂੰ ਤਾਂ ਕੁਝ ਕਰ ਸਕਦਾ ਤੂੰ ਕਰਕੇ ਦਿਖਾ ਨਾ ਫਿਰ ਤੂੰ ਵੀ ਤਾਂ ਬਾਪੂ ਸੂਰਤ ਸਿੰਘਾਂ ਕੋਲ ਆ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਸੀ ਤੂੰ ਵੀ ਬਰਗਾੜੀ ਮੋਰਚੇ ਚ ਸਟੇਜ ਤੇ ਚੜ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਸੀ ਬੇਅਦਬੀ ਦੀ ਗੱਲ ਕਰਦਾ ਸੀ ਇਨਸਾਫ ਦੀ ਬੈਬਲ ਕਲਾਂ ਗੋਲੀ ਕਾਂਢ ਦੇ ਇਨਸਾਫ ਦੀ ਗੱਲ ਕਰਦਾ ਸੀ ਤੂੰ ਵੀ ਤਾਂ ਗੱਲਾਂ ਕਰਦਾ ਰਿਹਾ ਤਾਂ ਜੇ ਤਾਮਲ ਲਾਡੂ ਸਰਕਾਰ ਕਿੰਨਾਰੇ ਜੀਵ ਗਾਂਧੀ ਦੇ ਕਤਲ ਕੀਤੇ ਆ ਕਿ ਕਤਲ ਕੀਤਾ ਸੀ ਇਹਨਾਂ ਨੇ ਉਹਨਾਂ ਨੂੰ ਧੰਮ ਲਾਡੂ ਸਰਕਾਰ ਵਿਧਾਨ ਸਭਾ ਚ ਮਤਾ ਪਾ ਕੇ ਬਾਹਰ ਲਿਆ ਸਕਦੀ ਐ ਤੇ ਤੂੰ ਕਿਉਂ ਨਹੀਂ ਬਾਹਰ ਸਕਦਾ ਪਾ ਫਿਰ ਜਿਹਮਤਾ ਤੂੰ ਜਿਹਨੂੰ ਮੈਂ ਤੈਨੂੰ ਕਹਿਣਾ ਵੀ ਹਰ ਗੱਲ ਆਪਣੇ ਗਲੋਂ ਲਾ ਕੇ ਦੂਜਿਆਂ ਦੇ ਗਲਾਮੇ ਪਾ ਦਿੰਦਾ ਉਹ ਆਏ ਆ ਜਿਓ ਆਏ ਆ ਛੱਡ ਯਾਰ ਉਹਦਾ ਉਹਨਾਂ ਨੇ ਪੰਜਾਬ ਤੋਂ ਬਾਹਰ ਕੀਤਾ ਗਦਾਰ ਆ ਪੰਜਾਬ ਦੇ ਉਹ ਤੰਗ ਲੋਕਾਂ ਨੇ ਨਕਾਰ ਤੇ ਕਿੱਥੋਂ ਕਿੱਥੇ ਲਿਆਂਦੇ ਲੋਕਾਂ ਨੇ ਤਿੰਨ ਤੇ ਆ ਗਏ ਤੂੰ ਆਪ ਹੀ ਕਹਿੰਦਾ ਨਾ ਵੀ ਸਕੂਟਰ ਤੇ ਚੜਨ ਜੋਗਰੇ ਰਹਿ ਗਏ ਤੇਰੇ ਕੋਲ ਦਾ 92 ਆ ਬੜਾ ਵੱਡਾ ਬਹੁ ਮਤ ਹੈ ਤੂੰ ਕਰ ਕੁਛ ਭੁੱਲਰ ਨੂੰ ਭੁੱਲਰ ਨੂੰ ਹੀ ਰਹਾ ਕਰਦੇ ਉਹ ਬਾਕੀ ਦਾ ਛੱਡੋ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਆ ਉਹ 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 ਹੀ ਰਹੀ ਤਾਂ ਇਹਨਾਂ 10 ਕਰਕੇ ਖੜੀ ਹੈ ਕੇਜਰੀਵਾਲਦਿਆਂ ਦੇ ਕਰਕੇ ਉਹਦੀ ਫਾਈਲ ਤਾਂ ਉੱਥੇ ਦਿੱਲੀ ਪਈ ਹੈ ਉਹਨੂੰ ਤਾਂ ਰਹਾ ਕਰਦੇ ਉਹ ਜਿਹੜੇ ਕੁਛ ਬੰਦੇ ਸਾਡੇ ਅੰਦਰ ਬੈਠੇ ਨੇ ਜਿਨ੍ਹਾਂ ਦੀ ਜੇਲ੍ਹ ਤਬਦੀਲੀ ਕਰਨੀ ਆ ਬਾਹਰਲੇ ਸੂਬਿਆਂ ਤੋਂ ਪੰਜਾਬ ਲਿਆਉਣਾ ਉਹਨਾਂ ਨੂੰ ਤਾਂ ਲਿਆਓ ਤੂੰ ਤਾਂ ਕੁਛ ਕਰਕੇ ਦਿਖਾ ਪਰ ਨਹੀਂ ਕਰਨਾ ਇੱਥੇ ਗੱਲਾਂ ਗੁੱਲਾਂ ਨਾਲ ਹੀ ਡੰਗਸਾਰੀ ਜਾਂਦੇ ਆਂਦੇ ਆਂਦੇ ਅਕਾਲੀਆਂ ਦੀ ਤੁਸੀਂ ਗੱਲ ਕਰੀ ਆ ਮੈਂ ਸਵਾਲ ਤਾਂ ਪੁੱਛ ਰਿਹਾ ਤੁਹਾਡੇ ਦੋਸਤ ਨੇ ਪਾਨਾ ਸਿੱਧੂ ਪਿਛਲੇ ਦਿਨੀ ਜਦੋਂ ਰਾਜੂ ਆਣਾ ਸਾਹਿਬ ਦਾ ਬਿਆਨ ਆਉਂਦਾ ਆ ਤਾਂ ਉਹਨਾਂ ਵੱਲੋਂ ਇੱਕ ਵੀਡੀਓ ਜਿਹੜੀ ਪਾਈ ਜਾਂਦੀ ਆ ਕਿ ਦੁੱਖ ਲੱਗਿਆ ਇਹ ਬਿਆਨ ਸੁਣ ਕੇ ਉਸ ਤੋਂ ਬਾਅਦ ਅਕਾਲੀ ਦਲ ਵਾਲਿਆਂ ਮਣੋਂ ਬੱਲਾ ਬੜਾ ਮੰਦਾ ਚੰਗਾ ਜਿਹੜਾ ਉਹ ਚੰਗਾ ਤਾਂ ਨਹੀਂ ਮੰਦਾ ਹੀ ਮਾੜਾ ਹੀ ਜਿਹੜਾ ਉਹ ਬੋਲਿਆ ਜਾਂਦਾ ਪਾਨੇ ਸਿੱਧੂ ਬਾਰੇ ਕੀ ਕਹੋ ਜਸ ਜਿਹੜੇ ਬਾਦਲ ਮੈਂ ਪਹਿਲਾਂ ਹੀ ਕਹਿ ਚੁੱਕੇ ਕਿ ਬਾਦਲ ਹੁਣ ਕੋਈ ਨਾ ਕੋਈ ਸਹਾਰਾ ਲੱਭਦੇ ਆ ਕੋਈ ਨਾ ਕੋਈ ਢੋਈ ਲੱਭਦੇ ਆ ਉਹਨਰ ਰਾਜਾਉਣਾ ਸਾਹਿਬ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਗੱਲ ਹੈ। ਹਮ ਅਸੀਂ ਸਤਿਕਾਰ ਕਰਦੇ ਹਾਂ ਰਾਜਾਉਣਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ। ਜਿਉਂਦਾ ਸ਼ਹੀਦ ਹਮ ਉਹਨੂੰ ਔਲਾਣਿਆਂ ਗਿਆ ਤੇ ਉਹਦੀ ਫਾਂਸੀ ਰਗਵਾਉਣ ਲਈ ਬਹੁਤ ਵੱਡੀ ਲਹਿਰ ਪੰਜਾਬ ਚੱਲਦੀ ਸੀ ਉਦੋਂ। ਲੋਕਾਂ ਨੇ ਬੜਾ ਸਾਥ ਦਿੱਤਾ। ਪਰ ਉਹਦਾ ਸਹਾਰਾ ਲੈ ਕੇ ਬਾਦਲ ਲਾਣਾ ਜਿੰਨਾ ਵੀ ਇਹ ਜੁੰਡਲੀ ਇਕੱਠੀ ਹੋਈ ਹੈ ਉਹਦਾ ਸਹਾਰਾ ਲੈ ਕੇ ਇਹ ਇਹਨਾਂ ਨੂੰ ਲੱਗਦਾ ਕਿ ਹੁਣ ਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਆ ਸਾਨੂੰ ਬਚਾ ਦੂ ਪਤਾ ਨਹੀਂ ਆ ਬਚਾ ਦੂ ਹਰ ਇੱਕ ਦਾ ਹੁਣ ਮੋਢਾ ਭਾਲ ਦੇ ਸਾਰਾ ਭਾਲ ਦੇ ਤੇ ਜਿੱਥੋਂ ਤੱਕ ਰਹੀ ਗੱਲ ਪੰਨਾ ਸਿੰਘ ਸਿੱਧੂ ਦੀ ਸਾਡਾ ਮੱਤਰ ਆ ਦੇਖੋ ਜਿੱਥੇ ਪੰਨਾ ਸਿੰਘ ਕਈ ਵਾਰੀ ਗੱਲ ਗਲਤ ਕਰਦਾ ਮੈਂ ਉਹਨੂੰ ਬੁਲਾ ਕੇ ਮੇਰਾ ਭਰਾ ਛੋਟਾ ਮੈਨੂੰ ਕਹਿ ਵੀ ਦਿੰਦਾ ਉਹਨਾਂ ਨੂੰ ਕੁਰ ਵੀ ਦਿੰਦਾ ਹੁੰਦਾ ਪੰਨਾ ਇਹ ਗੱਲ ਠੀਕ ਨਹੀਂ ਪਰ ਜਿੱਥੇ ਪੰਨਾ ਸਹੀ ਆ ਹੁਣੇ ਕੱਲ ਦੇ ਜੋ ਲੱਗੇ ਆ ਉਹਦੇ ਖਿਲਾਫ ਕਵਾਸ ਮਾਰਨ ਅਸੀਂ ਐ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਅਸੀਂ ਆ ਕਰ ਦਿਆਂਗੇ ਉਹ ਇਹਨਾਂ ਦੇ ਕੋਈ ਪੇਸਤਾ ਜਾਂਦੀ ਨਹੀਂ ਹੈ ਹੂੰ ਜਿਸ ਤਰੀਕੇ ਨਾਲ ਇਹ ਬਖਲਾਹਟ ਦੀਆਂ ਨਿਸ਼ਾਨੀਆਂ ਹੁੰਦੀਆਂ ਨਾ ਬੰਦਾ ਬੰਦਾ ਇਹ ਜੀ ਜਿਹੜੀ ਸ਼ਵਦਾਬਲੀ ਉਹ ਵਰਤਦੇ ਨੇ ਕਿ ਇਹਦੀ ਚੱਪਲ ਕੁੱਟ ਕਰਨੀ ਚਾਹੀਦੀ ਹੈ ਅਸੀਂ ਕਰਾਂਗੇ ਅਸੀਂ ਐ ਕਰ ਦਾਂਗੇ ਇਹ ਬਖਲਾਹਟ ਦੀਆਂ ਨਿਸ਼ਾਨੀਆਂ ਨੇ ਹੂੰ ਜਦੋਂ ਬੰਦਾ ਨਰਾਸ਼ ਹੋ ਕੇ ਕੋਈ ਹੋਰ ਬੰਦੇ ਨੂੰ ਕੋਈ ਦਿਖਦਾ ਨਹੀਂ ਕੁਝ ਉਹ ਫਿਰ ਬੰਦਾ ਕਹਿੰਦਾ ਟੱਕਰਾ ਮਾਰਦਾ ਉਹ ਕੰਮ ਤੇ ਉੱtre ਇਹ ਬਾਦਲ ਲਾਣਾ ਤੇ ਜਾਂ ਇਹਨਾਂ ਦੀ ਜਿਹੜੀ ਜੁੰਡਲੀ ਆ ਹੂੰ ਤਾਂ ਬਹੁਤੇ ਰਹਿ ਨਹੀਂ ਗਏ ਲੋਕਾਂ ਨੂੰ ਸਮਝ ਪੈ ਗਈ ਵੈਸੇ ਵੀ ਕੀ ਨੇ ਜਿਹੜੇ ਵੀ ਹਲੇ ਇਹਨਾਂ ਦੇ ਝੋਲੀ ਚੱਕ ਇਹਨਾਂ ਦੇ ਚੇਲੇ ਚ ਪੱਟੇ ਹੈਗੇ ਆ ਹੂੰ ਉਹ ਕੱਲ ਦੇ ਬੜਾ ਬਕਵਾਸ ਮਾਰੀ ਜਾਂਦੇ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਜੇ ਭਾਈ ਕਰਦੇ ਹੋਗੇ ਤਾਂ ਫਿਰ ਕਰ ਦਿਓ ਆ ਕਿ ਹੂੰ ਇੱਥੇ ਫੇਸਬੁੱਕਾਂ ਦੇ ਬਹਿ ਕੇ ਆਪਾਂ ਵੀਡੀਓ ਪਾ ਕੇ ਮੈਂ ਤੈਨੂੰ ਮਾਰ ਦੂੰ ਮੈਂ ਚੱਕ ਦੂੰ ਇਹ ਫੇਸਬੁੱਕਾਂ ਦੇ ਕਿਉਂ ਕਰਦੇ ਆ ਕਰਕੇ ਦਿਖਾ ਦਿਓ ਹੂੰ ਨਾਲੇ ਗਾਂਹ ਕਿਹੜਾ ਚੂੜੀਆਂ ਪਾਈ ਬੈਠਾ ਅਗਲਾ ਹੂੰ ਕਿ ਇਹ ਤਾਂ ਗਾਂਹ ਜਦੋਂ ਅਗਲੇ ਦੇ ਹੱਕ 'ਚ ਵੱਜੋਂਗੇ ਫਿਰ ਪਤਾ ਲੱਗ ਜੂ ਵੀ ਕੀ ਭਾਪਿਕਦੀ ਹੈ ਹੂੰ ਸੋ ਇਹ ਜੀ ਗੱਲਾਂ ਕਰਨੀਆਂ ਤਾਂ ਕਰ ਦਿਓ ਹੂੰ ਸੋ ਇਹ ਇਹ ਗੱਲਾਂ 'ਚ ਕੋਈ ਤੰਤ ਨਹੀਂ ਇਹ ਗੱਲ ਨੂੰ ਲੋਕ ਜਸ ਸਮਝ ਚੁੱਕੇ ਆ ਪੰਜਾਬ ਦੇ ਹੂੰ ਕਿ ਇਹਨਾਂ ਨੇ ਜੋਗਦਾਰੀ ਜੋ ਪੱਠੇ ਸ਼ੁਰਾ ਕੌਮ ਦੇ ਪੰਥ ਦੇ ਪੰਜਾਬ ਨਾਲ thro ਜੋ ਬਾਦਲਾਂ ਨੇ ਕਮਾਇਆ ਹੂੰ ਉਹਨੂੰ ਸਾਰੇ ਲੋਕ ਜਾਣਦੇ ਆ ਇਹ ਜਿੰਨਾ ਮਰਜ਼ੀ ਪਿੱਟ ਲੈਣ ਜਿੰਨੇ ਮਰਜ਼ੀ ਚਾਹੇ ਲੈ ਜਾਣ ਜੋ ਮਰਜ਼ੀ ਦੇ ਲੜੀਆਂ ਕੱਢਣ ਫੈਰੀਆਂ ਹੱਥ ਲਾਉਣ ਲੋਕਾਂ ਦੇ ਪਰ ਲੋਕ ਇਹਨਾਂ ਨੂੰ ਮਾਫ਼ ਨਹੀਂ ਕਰਨਗੇ ਇਹਨਾਂ ਨੇ ਬਹੁਤ ਵੱਡੇ ਨੁਕਸਾਨ ਆਪਦੀ ਕੁਰਸੀਆਂ ਨੂੰ ਬਚਾਉਣ ਖਾਤਰ ਆਪਦੇ ਹਿੱਤਾਂ ਦੀ ਖਾਤਰ ਇਹਨਾਂ ਨੇ ਕਿੰਨੇ ਹੱਕ ਪੰਜਾਬ ਦੇ ਵੇਚਤੇ 328 ਰੂਪ ਗਾਇਬ ਹੋ ਜਾਂਦੇ ਆ ਉਹ ਕਿੱਡਾ ਵੱਡਾ ਜੇ ਆਪਾਂ ਸਮਝ ਗਏ ਸਾਜ਼ਿਸ਼ਾ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਾਡੇ ਇਤਿਹਾਸ ਨੂੰ ਕਿਤਾਬਾਂ 'ਚ ਬਦਲ ਲਏ ਨੇ ਹਮ ਜਿਹੜਾ ਸੰਗੀ ਲਾਣਾ ਹਮ ਬਹੁਤੀਆਂ ਕਿਤਾਬਾਂ ਦੇ ਵਿੱਚ ਬੜਾ ਇਹਨਾਂ ਨੇ ਰੋਲਾ ਵੀ ਪਿਆ ਇੱਕ ਦੁਬਾਰੀ ਬਹੁਤ ਕੁਝ ਬਦਲੀ ਜਾਂਦੇ ਆ ਹੁਣ 328 ਰੂਪ ਗਾਇਬ ਹੋ ਕੇ ਕਿੱਥੇ ਗਏ ਹੋਣਗੇ ਹਮ ਮੈਂ ਇਹ ਗੱਲ ਦੇ ਉੱਤੇ ਗੱਲ ਕਰਨੀ ਚਾਹੁੰਦਾ ਕਿ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਹੁਣ ਕਿੰਨੇ ਕ ਐਸੇ ਸਾਨੂੰ ਵਿਦਵਾਨ ਜਾਂ ਸਾਨੂੰ ਸਿੱਖ ਮਿਲਣਗੇ ਪੂਰੀ ਦੁਨੀਆ 'ਚ ਜਿਨ੍ਹਾਂ ਦੇ ਗੁਰਬਾਣੀ ਮੂਹ ਜਮਾਨੀ ਕੰਠ ਹੋਊਗੀ ਹਮ ਬਹੁਤ ਥੋੜੇ ਹੋਣਗੇ ਹਮ ਹੁਣ ਜੇ ਉਹਨਾਂ ਦੇ 928 ਰੁਪਏ ਜਿਹੜੇ ਗਾਇਬ ਕੀਤੇ ਆ ਉਹਨਾਂ 'ਚ ਕੋਈ ਗੜਬੜ ਕਰਕੇ ਕੋਈ ਮਿਲਾਵਟ ਕਰਕੇ ਲਿਆ ਕੇ ਰੱਖ ਦੇਣਾ ਕੀ ਪਤਾ ਲੱਗਣਾ। ਹੂੰ ਐਸ ਤਰ੍ਹਾਂ ਦੇ ਧਰੋ ਇਹਨਾਂ ਬਾਦਲਾਂ ਨੇ ਕਮਾਏ ਆ। ਹੂੰ ਕਾਮ ਦੇ ਨਾਲ। ਹੂੰ ਤੇ ਆ ਤਾਂ ਸਾਰਿਆਂ ਨੂੰ ਪਤਾ ਵੀ ਆ ਗੋਲੀ ਕਾਂਡ ਜਿਹੜਾ ਬਹਿਬਲ ਵਾਲਾ ਹੈ ਕਿਵੇਂ ਬਖਸ਼ੇ ਜਾਣਗੇ? ਬੇਅਦਬੀ ਵਾਲਾ ਕਿਵੇਂ ਬਖਸ਼ੇ ਜਾਣਗੇ? ਹੂੰ ਸਰਸੜ ਸਾਧ ਨੂੰ ਮਾਫੀ। ਉਹਦੀਆਂ ਫਿਲਮਾਂ ਇਹਨਾਂ ਨੇ ਚਲਾਈਆਂ ਇੱਥੇ ਲਾਲਾ ਸਿਕਿਉਰਟੀਆਂ ਪੁਲਿਸ ਦੀਆਂ ਸੁਰੱਖਿਆ ਦੇ ਦੇ। ਇੱਕ ਇੱਕ ਪਾਸੇ ਬਾਦਲ ਕਿਹੜੇ ਪਾਸੋਂ ਜਵਾਬ ਦੇਣਗੇ ਪੰਜਾਬ ਨੂੰ ਬਾਦਲ ਮੈਂ ਤਾਂ ਜਿਹੜੇ ਵੀ ਸਾਡੇ ਕੋਈ ਚਲੋ ਭਰਾ ਹੀ ਕਹਾਂਗੇ ਅਸੀਂ ਤਾਂ ਜਿਹੜੇ ਭਾਈ ਬੋਲਦੇ ਆ ਹੂੰ ਵੀ ਯਾਰ ਤੁਸੀਂ ਨਾ ਇਹ ਇਹ ਇੰਨੀ ਅੰਨੀ ਭਗਤੀ ਮਾੜੀ ਹੁੰਦੀ ਹੈ ਅਸੀਂ ਇੰਨਾਂ ਨਹੀਂ ਭਗਤੀ ਚ ਲੀਨ ਹੋ ਜਾਂਦੇ ਅੰਨੇ ਹੋ ਜਾਂਦੇ ਆ ਅਸੀਂ ਦਿਮਾਗ ਜਮਾ ਬੰਦ ਕਰ ਲੈਣੇ ਅੱਖਾਂ ਦੇ ਪੱਟੀ ਬੰਨ੍ਹ ਲੈਣੇ ਸਾਨੂੰ ਇਹੀ ਦਿਖਦਾ ਨਹੀਂ ਨਹੀਂ ਯਾਰ ਇਹ ਤਾਂ ਦੇਖ ਲਓ ਯਾਰ ਇਸ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਪਾਉਣ ਵਾਲੇ ਬੰਦੇ ਨੇ ਇਸ ਪੰਜਾਬ ਦੇ ਤੁਸੀਂ ਵੀ ਪੁੱਛ ਲੱਗਦੇ ਹੋ ਯਾਰ ਸੋਡਾ ਵੀ ਪੰਜਾਬ ਲੱਗਦਾ ਸੋਡੇ ਵੀ ਆਉਣ ਵਾਲੀਆਂ ਨਸਲਾਂ ਨੇ ਜਿਵਾਕਾਂ ਨੇ ਇਸ ਪੰਜਾਬ ਤੇ ਰਹਿਣਾ ਹੂੰ ਉਹਨਾਂ ਜੋਗਰਾ ਛੱਡੇ ਨਹੀਂ ਉਹਨਾਂ ਨੇ ਕੱਖ ਨਹੀਂ ਹੂੰ ਤੁਸੀਂ ਅੱਜ ਵੀ ਇਹਨਾਂ ਦੀ ਜਾਜਾ ਕਾਰ ਕਰੀ ਜਾਂਦੇ ਸੋ ਇਹ ਇਹ ਦਾ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਅੱਛਾ ਬਾਦਲਾਂ ਦੀ ਗੱਲ ਕਰੀਆ ਕੱਲ ਬਾਦਲਾਂ ਤੇ ਬਲਵੰਤ ਸਿੰਘ ਰਾਮੂ ਵਾਲੀ ਹੋਰਾਂ ਦਾ ਇੱਕ ਬਿਆਨ ਆਉਂਦਾ ਆ ਹਾਲਾਂਕਿ ਹਾਸੋਹੀਣਾ ਆ ਉਹ ਕਹਿੰਦੇ ਨੇ ਕਿ ਅੱਜ ਦੇ ਟਾਈਮ ਦੇ ਵਿੱਚ ਬਾਦਲਾਂ ਦੀ ਸਥਿਤੀ ਇਹ ਹੋਈ ਪਈ ਆ ਕਿ ਜੇਕਰ ਨੀਟੂ ਛਟਰਾਵਾਂ ਵਾਲਾ ਚੋਣਾ ਲੜੂਗਾ ਤਾਂ ਕਹਿੰਦੇ ਉਹ ਵੀ ਬਾਦਲਾਂ ਦੇ ਨਾਲ ਸ਼ਾਇਦ ਗੱਠ ਜੋੜ ਕਰਨ ਨੂੰ ਤਿਆਰ ਨਹੀਂ ਹੋਊਗਾ। ਦੇਖ ਜੱਸ ਕੁਦਰਤ ਦੇ ਘਰ ਆਪਾਂ ਕਹਿੰਨੇ ਰੱਬ ਦੇ ਘਰ ਦੇਰ ਆ ਨੀਰ ਨਹੀਂ। ਹੂੰ ਇਹਨਾਂ ਦੇ ਹੰਕਾਰ ਇੰਨਾ ਸੀ ਤਾਂ ਓਣ ਚੱਡਾ ਵੱਡਾ ਕਿਲਾ ਸੀ। ਆਪਾਂ ਦੇਖਦੇ ਰਹੇ ਹਾਂ ਕਿਵੇਂ ਅ ਸਖਬੀਰ ਬੋਲਾਹ ਹੁੰਦਾ ਸੀ ਅਸੀਂ 25 ਸਾਲ ਰਾਜ ਕਰਾਂਗੇ ਸਾਨੂੰ ਕਿਹੜਾ ਹਲਾ ਦੂ ਅਸੀਂ ਲਾਲ ਡੈਰੀ ਲਈ ਹੋਈ ਐ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਅਸੀਂ ਪੁੱਠੇ ਟੰਗ ਦਿਆਂਗੇ ਕਿੰਨੇ ੱੱੱਕੇ ਕਿੰਨੀਆਂ ਜਾਤੀਆਂ ਕਿੰਨਾ ਲੋਕਾਂ ਦੇ ਜ਼ੁਲਮ ਹੋਇਆ ਕਿੰਨੇ ਝੂਠੇ ਮੁਕੱਦਮਿਆਂ ਤੇ ਲੋਕਾਂ ਨੂੰ ਸਜ਼ਾਵਾ ਕਰਾਂਗੇ ਇਹਨਾਂ ਦੇ ਮੰਤਰੀਆਂ ਨੇ ਐਮ ਐਲ ਏ ਨੇ ਟਰਾਂਸਪੋਰਟ ਦਾ ਕੰਮ ਤੁਸੀਂ ਦੇਖੋ ਇਹਨਾਂ ਦਾ ਮੈਂ ਤਾਂ ਇਹਨਾਂ ਦਾ ਦੇਖਦਾ ਰਿਹਾ ਇੱਥੇ ਇੱਕ ਸੁਰਮਖਬਾ ਚੱਲਦੀ ਹੁੰਦੀ ਸੀਗੀ ਬਰਾਂਡਿਆਂ ਤੋਂ ਜਾਂਦੀ ਸੀਗੀ ਉਹ ਇਹਨਾਂ ਨੇ ਜਦੋਂ ਉਹਨੂੰ ਪਹਿਲਾਂ ਤਾਂ ਪਿਆਰ ਨਾਲ ਪੁੱਛਿਆ ਵੀ ਤੂੰ ਸਾਨੂੰ ਇਹ ਬੱਸ ਵੇਚ ਦੇ ਹੂੰ ਇਹ ਪਰਮਟ ਵੇਚ ਦੇ ਉਹ ਮੰਨਿਆ ਨਾ ਇਹਨਾਂ ਨੇ ਉਹਦੇ ਇੱਕ ਇੱਕ ਮੰਗਰ ਪਾਤੀ ਬੱਸ ਇੱਕ ਮੂਰੇ ਪਾਤੀ ਹੂੰ ਦੋ ਘੰਟੇ ਮੂਰੇ ਇੱਕ ਟਾਈਮ ਪਾਸ ਦਾ ਇੱਕ ਦੋ ਘੰਟੇ ਮੰਗਰ ਪਾਦਾ ਉਹ ਜਰਾ 7-8 ਮਹੀਨੇ ਖਾਲੀ ਖੜਕਾਉਂਦਾ ਫਿਰਦਾ ਰਿਹਾ ਬੱਸ ਨੂੰ ਅਖੀਰ ਨੂੰ ਅੱਖ ਕਿਉਂ ਵੇਚ ਗਿਆ ਹੂੰ ਜਾਨ ਇਹਨਾਂ ਨੇ ਇਕੱਲੇ ਇਕੱਲੇ ਵਿਚਾਰੇ ਟਰਾਂਸਪੋਰਟਰ ਜਿਹਨੇ ਜਿਹੜੇ ਉਹਦੇ ਉੱਤੇ ਰੋਜੀ ਰੋਟੀ ਚੱਲਦੀ ਸੀ ਉਹ ਕਿਵੇਂ ਤਬਾਹ ਕੀਤੇ ਆ ਹੂੰ ਕਿੰਨੀਆਂ ਜ਼ਿੰਦਗੀਆਂ ਨਾਲ ਇਹ ਖੇਡੇ ਆ ਖਲਵਾੜ ਕੀਤਾ ਤੇ ਫਿਰ ਇਹ ਪ੍ਰਮਾਤਮਾ ਯਾਰ ਪ੍ਰਮਾਤਮਾ ਦਾ ਪ੍ਰਮਾਤਮਾ ਉਹ ਅਸਾਬਤਾ ਉਹ ਕਨੇ ਹੁੰਦੇ ਉਹਦੀ ਚੱਕੀ ਹੈ ਜਿਹੜੀ ਚਲਦੀ ਹੌਲੀ ਹੈ ਪਰ ਪੀਸ ਦੀ ਬਰੀਕ ਹੈ ਉਹਦੀ ਜਦੋਂ लाठी ਵੱਜਦੀ ਹੈ ਉਹਦੀ ਆਵਾਜ਼ ਨਹੀਂ ਹੈ ਉਹ 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 ਹਾਲਾਤ ਬਾਦਲਾਂ ਦਾ ਹੋ ਗਿਆ ਜੀ ਮੌਤ ਮਾੜੇ ਹਾਲਾਤ ਹੋ ਗਏ ਤੁਸੀਂ ਦੇਖ ਲਓ ਵੀ ਉਹ ਰੋਜ਼ ਕੋਈ ਨਾ ਕੋਈ ਭੱਜ-ਭੁੱਜ ਜਾਂਦਾ ਹੈ ਉਹ ਇਹਦਾ ਭੱਜਣ ਵਾਲੇ ਵੀ ਜਿਹੜੇ ਹੈਗੇ ਹਨ ਕੋਈ ਹੁਣ ਬਹੁਤੇ ਜਿਹੜੇ ਕੋਈ ਭਾਜਪੀ ਨੂੰ ਜਾ ਰਹੇ ਆ ਤੁਸੀਂ ਦੇਖੋ ਯਾਰ ਇਹ ਕਿੱਡੇ ਇਹਨਾਂ ਨੂੰ ਕੀ ਸ਼ਬਦ ਮੈਂ ਵਰਤਾਂ ਇਹਨਾਂ ਲੋਕਾਂ ਦੇ ਲਈ ਹੂੰ ਕਿੱਡੇ ਕਮੀਨੇ ਲੋਕ ਨੇ ਇਹ ਹੂੰ ਕਿੱਡੇ ਲੀਚਰ ਤੇ ਕਿੰਨੇ ਵਹਿ ਗਾਇਰਤ ਲੋਕ ਨੇ ਹੂੰ ਇਹ ਜਿਹੜੇ ਅੱਜ ਬੀਜੇਪੀ ਚ ਵੱਡੇ ਵੱਡੇ ਲੀਡਰ ਜਾ ਰਹੇ ਆ ਨਾ ਹੂੰ ਹੂੰ ਇਹ ਕਿਉਂ ਜਾ ਰਹੇ ਆ ਇਹ ਸਿਰਫ ਜਾਂ ਤਾਂ ਇਹਨਾਂ ਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਪਤਾ ਨਹੀਂ ਬੀਜੇਪੀ ਦਾ ਹੈ ਹੂੰ ਜਿਹੜਾ ਹੋਣਾ ਹੀ ਨਹੀਂ ਹੂੰ ਜਾਂ ਇਹਨਾਂ ਨੂੰ ਲੱਗਦਾ ਹੈ ਕਿ ਯਾਰ ਸਾਡਾ ਕੋਈ ਜਿਹੜਾ ਪੈਸਾ ਕਮਾਇਆ ਹੈ ਚਲੋ ਨਹੀਂ ਕਿਤੇ ਸੂਤ ਆਉ ਕੰਮ ਨਾ ਸਹੀ ਨਾ ਕੋਈ ਅੱਗੇ ਆਵਾਂਗੇ ਸੱਚ ਘਟੋ ਘਟ ਇਕੱਠਾ ਕੀਤਾ ਪੈਸਾ ਬਚਾਨਗੇ ਹੂੰ ਹੁਣ ਸੱਚ ਇੱਕ ਗੱਲ ਜਿਹੜੀ ਬੜੀ ਹੋਰ ਅਹਿਮ ਹੈ ਮੇਰੇ ਯਾਦ ਆ ਗਈ ਐਨ ਆਈਏ ਰੈਡਾਂ ਕਰ ਰਹੀ ਹੈ ਪੰਜਾਬ ਚ ਹੂੰ ਇਹਦੇ ਤੇ ਕੋਈ ਨਹੀਂ ਬੋਲ ਰਿਹਾ ਹੂੰ ਨਾ ਇਹ ਮੁੱਖ ਮੰਤਰੀ ਬੋਲ ਰਿਹਾ ਪੰਜਾਬ ਦਾ ਨਾ ਇਹਨਾਂ ਦਾ ਕੋਈ ਹੋਰ ਬੰਦਾ ਨਾ ਲੋਕ ਬੋਲ ਰਹੇ ਨੇ ਹੂੰ ਨਾ ਕੋਈ ਹੋਰ ਜਿਹੜੀਆਂ ਜ਼ਿੰਮੇਵਾਰ ਤੇ ਰਾਨੇ ਬੋਲ ਰਹੀਆਂ ਨੇ ਹੂੰ ਇਹ ਬਹੁਤ ਖਤਰਨਾਕ ਵਰਤਾਰਾ ਹੈ ਹੁਣ ਐਨਆਈਏ ਇੱਥੋਂ ਤੱਕ ਪਹੁੰਚ ਗਈ ਵੀ ਕਈ ਪਿੰਡਾਂ ਦੇ ਸਰਪੰਚਾਂ ਨੂੰ ਚੱਕਣ ਲੱਗ ਗਿਆ ਕਿ ਹੂੰ ਇਹ ਕਿਥੋਂ ਚੇਅਰਮੈਨ ਪਤਾ ਨਹੀਂ ਮੈਂ ਅੱਜ ਹੀ ਪੜਦਾ ਸੀ ਖਬਰ ਕੋ ਚੇਅਰਮੈਨ ਸੀ ਪਤਾ ਨਹੀਂ ਯੂਨੀਅਨ ਤੱਕ ਯੂਨੀਅਨ ਦਾ ਪ੍ਰਧਾਨ ਸੀ ਉਹ ਫੜਿਆ ਹੂੰ ਹੁਣ ਇਸ ਤਰੀਕੇ ਨਾਲ ਉਹ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਿਠਾ ਰਹੇ ਆ ਦਹਿਸਤ ਪਾ ਰਹੇ ਆ ਉਹ ਜਿੰਨੀਆਂ ਏਜੰਸੀਆਂ ਨੇ ਹੂੰ ਚਾਹੇ ਉਹ ਸੀਵੀਆਈ ਹੈ ਚਾਹੇ ਉਹ ਈਡੀ ਹੈ ਚਾਹੇ ਉਹ ਐਨਆਈਏ ਹੈ ਉਹਨੂੰ ਵਰਤਦਾ ਬੀਜੇਪੀ ਰਹੀ ਹੈ ਨਾ ਹੂੰ ਹੁਣ ਇਹ ਜਿਹੜਾ ਡਰ ਬਿਠਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਮੰਨ ਲਓ ਜੇ ਕਿ ਸਰਪੰਚਾਂ ਦੇ ਰੇਡ ਵੱਜ ਰਹੀ ਆ ਤਾਂ ਐ ਨਹੀਂ ਪਤਾ ਕੱਲ ਨੂੰ ਉਹ ਡਰੇ ਹੋਏ ਸਰਪੰਚ ਕੋਈ ਦਿੱਲੀੋਂ ਕਿਸੇ ਐਨਆਈ ਦਫ਼ਤਰ ਚੋਂ ਫੋਨ ਆ ਜਾਏ ਕਿਸੇ ਸਰਪੰਚ ਨੂੰ ਜਾਂ ਕਿਸੇ ਕੋਈ ਮਾੜੇ ਮੋٹے ਹੋਰ ਜਿਹੜੇ ਉਹਦੇ ਦੇ ਬੰਦੇ ਬੈਠੇ ਕੋਈ ਚੇਅਰਮੈਨਾ ਕੋਈ ਹੋਰ ਹੈ ਵੀ ਭਾਈ ਦੇਖ ਲੈ ਬੀਜੇਪੀ ਚ ਆਉਣਾ ਇੱਕ ਫਿਰ ਰੇਡ ਕਰੀਏ ਉਹ ਆਖਦਾ ਜੀ ਅਸੀਂ ਆ ਗਏ ਇਹ ਮਹੌਲ ਪੰਜਾਬ ਚ ਬੁਣਿਆ ਜਾ ਰਿਹਾ ਹਮ ਬੀਜੇਪੀ ਦੁਆਰਾ ਇਹ ਸੋਚਣ ਵਾਲੀ ਗੱਲ ਆ ਹਮ ਹਮ ਇੰਨੇ ਛੋਟੇ ਪੱਦਰ ਦੇ ਉੱਤੇ ਤੁਸੀਂ ਦੇਖ ਰਹੇ ਹੋ ਆਪਾਂ 5-7 ਦਿਨ ਨਹੀਂ ਪੈਂਦੇ ਹਮ ਇੰਨੇ ਇੱਥੇ ਪੰਜਾਬ ਦੇ ਇੰਨੇ ਜ਼ਿਲ੍ਹਿਆਂ ਚ ਰੇਡ ਕੀਤੀ ਜੀ ਇੰਨੇ ਪਿੰਡਾਂ 'ਚ ਰੇਡ ਕੀਤੀ ਜੀ ਅੱਗੇ ਕਿੰਨੀਆਂ ਰੇਡਾਂ ਹੁੰਦੀਆਂ ਸੀ ਤੇ ਇੰਨਾ ਪੰਜਾਬ ਦਾ ਕਿਹੜਾ ਮਾਹੌਲ ਖਰਾਬ ਆ ਜੀ ਹਮ ਜੇ ਇੰਨਾ ਕਿਹੜਾ ਇੱਥੇ ਇਹੋ ਜਿਹਾ ਦੌਰ ਆ ਕਿ ਤੁਸੀਂ ਤੀਜੇ ਚੌਥੇ ਦਿਨ ਆ ਕੇ ਰੇਡਾਂ ਕਰਨ ਲੱਗ ਜਾਂਦੇ ਜਣੇ ਉਹ ਜਿਹੜੀਆਂ ਏਜੰਸੀਆਂ ਨੇ ਨਾ ਸਾਰਾ ਮਤਲਬ ਕਿ ਬੀਜੇਪੀ ਉਹਨਾਂ ਏਜੰਸੀਆਂ ਨੂੰ ਵਰਤ ਕੇ ਕਿਵੇਂ ਲੋਕਾਂ ਦੇ ਮਨਾਂ 'ਚ ਡਰ ਬਿਠਾ ਕੇ ਆਪਣੇ ਨਾਲ ਤੋਰੂਗੀ ਜੋੜੂਗੀ ਇਹ ਵੀ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋਣਾ ਹੈ ਇਹਦੇ ਲਈ ਮੈਂ ਅੱਜ ਕਹਿਣਾ ਕਿ ਜਿਹੜੀਆਂ ਜ਼ਿੰਮੇਵਾਰ ਧਿਰਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕਰੋ ਇਹਦੇ ਖਿਲਾਫ ਖੜੋ ਹੂੰ ਤੇ ਇਹ ਇਹ ਜਿਹੜਾ ਭਵਨ ਸਿੰਘ ਤੈਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਤੈਨੂੰ ਵੀ ਇਹਦੇ ਖਿਲਾਫ ਬੋਲਣਾ ਚਾਹੀਦਾ ਹੂੰ ਕਿ ਤੈਨੂੰ ਵੀ ਲਪੇਟੇ 'ਚ ਲੈਣਗੇ ਹੂੰ ਇਹ ਭਲੇਖਾ ਤੇਰਾ ਤੈਨੂੰ ਲੱਗਦਾ ਕਿ ਮੈਂ ਐ ਲੈਲੇ ਪੇਪੇ ਜੇ ਕਰਕੇ ਸਰਕਾਰ ਚਲਾ ਲਵਾਂ ਤੈਨੂੰ ਵੀ ਲਪੇਟੇ ਲੈ ਕੇ ਮਾਣਣਗੇ ਹੂੰ ਅੱਜ ਤੈਨੂੰ ਤੇਰਾ ਫਰਜ਼ ਬਣਦਾ ਵੀ ਤੂੰ ਇਹਨਾਂ ਨੂੰ ਇਹ ਥੋੜੀ ਆ ਯਾਰ ਵੀ ਤੇਰਾ ਕੋਈ ਆ ਠੀਕ ਆ ਸੈਂਟਰ ਦੀ ਏਜੰਸੀ ਕੋਈ ਆ ਕੇ ਸਿੱਧਾ ਹੀ ਸਰਪੰਚਾਂ ਨੂੰ ਆ ਕੇ ਫੜਨ ਲੱਗੇ ਚੇਅਰਮੈਨਾਂ ਨੂੰ ਫੜਨ ਲੱਗੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਡਰਾਉਣ ਲੱਗੇ ਇਹ ਬਹੁਤ ਖਤਰਨਾਕ ਹੋ ਰਿਹਾ ਉਧਰ ਭਾਈ ਕਾਂਗਰਸ ਪਰ ਲੋ ਵੀ ਜਗਦੀਸ਼ ਟਾਇਟਲਰ ਨੂੰ ਜਿਹੜਾ ਆ ਆਲ ਇੰਡੀਆ ਕਾਂਗਰਸ ਕਮੇਟੀ ਦੇ 60 ਮੈਂਬਰਾਂ ਦੀ ਸੂਚੀ ਜਾਰੀ ਹੋਈ ਆ ਉਹਦੇ ਵਿੱਚ ਜਿਹੜਾ ਮੈਂਬਰ ਲਾ ਦਿੱਤਾ ਆ ਜਦੋਂ ਇਹ ਸਵਾਲ ਅਮਰਿੰਦਰ ਸਿੰਘ ਰਾਜਾ ਬੜਿੰਗਹੋਰਾ ਨੂੰ ਪੁੱਛਿਆ ਗਿਆ ਪੱਤਰਕਾਰਾਂ ਦੇ ਵੱਲੋਂ ਜਲੰਧਰ ਦੇ ਵਿੱਚ ਤਾਂ ਉਲਟਾ ਪੱਤਰਕਾਰ ਨੂੰ ਹੀ ਪਏ ਗਏ ਕਿ ਕਿਹੜੀ ਅ ਅ ਅ ਅਹੁਦੇ ਪਦਵੀ ਜਿਹੜੀ ਆ ਉਹਨੂੰ ਦਿੱਤੀ ਆ ਪਹਿਲਾਂ ਮੈਨੂੰ ਦੱਸੋ ਮੈਂ ਉਸ ਤੋਂ ਬਾਅਦ ਜਵਾਬ ਦੂੰ ਪਾਬ ਜਵਾਬ ਦੇਣ ਤੋਂ ਸਿੱਧੂ ਸਿੱਧਾ ਭੱਜ ਗਏ ਮਰਿੰਦਰ ਸਿੰਘ ਰਾਜਾ ਬੜਿੰਗ ਰਾਜਾ ਬੜਿੰਗ ਦੀ ਗੱਲ ਐ ਯਾਰ ਨਾ ਹੀ ਕਰਿਆ ਕਰੋ ਚੰਗੀ ਕਿਉਂ ਕਿਵੇਂ ਉਹਦਾ ਮੈਂ ਕੱਲ ਦਾ ਬਿਆਨ ਪੜਿਆ ਉਹ ਕਹਿੰਦਾ ਮੈਂ ਤਾਂ ਬਚਪਨ ਤੋਂ ਸੁਪਨਾ ਦੇਖ ਰਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਲੋਕ ਥੱਲੇ ਫਿਰ ਤੁਹਾਨੂੰ ਪਤਾ ਉਹ ਕਹਿੰਨੇ ਬਾਈ ਤੂੰ ਪਰਾਂ ਦਰਜੀ ਦੇ ਪੈਸੇ ਦਿੱਤੇ ਨੇ ਤੰਗੋ ਨਹੀਂ ਬੜਿਆ ਤਾਂ ਇਹ ਜਿਹੜੇ ਬੰਦੇ ਨੇ ਨਾ ਇਹ ਕਈ ਬੰਦੇ ਤਾਂ ਇਸ ਤਰ੍ਹਾਂ ਦੇ ਆ ਜਿਹੜੇ ਜਿਹੜੇ ਮਤਲਬ ਕਿ ਆਪਾਂ ਕਹਿ ਲਈਏ ਕਿ ਕਮੇਡੀ ਕਲਾਕਾਰ ਨੇ ਇੱਕ ਤਰ੍ਹਾਂ ਇਹ ਵੀ ਉਹਨਾਂ ਚ ਹੀ ਆ ਜਾਂਦਾ ਜਿਵੇਂ ਜਿਹਾ ਭਵੰਤਾ ਨਾ ਉਹ ਇਹਦਾ ਰਾਜਾ ਬੜਿੰਗ ਹੋ ਗਿਆ ਸਿੱਧੂ ਹੋ ਗਿਆ ਸਾਰੇ ਉਸ ਤਰ੍ਹਾਂ ਦੇ ਨੇ ਕੋਈ ਗੰਭੀਰਤਾ ਵਾਲੀ ਗੱਲ ਜਾਂ ਇਹਨਾਂ ਕੋਲੇ ਦੂਰੰਦੇਸ਼ੀ ਜਾਂ ਉਹ ਸਿਹਰਦਤਾ ਜਿਹੜੀ ਜਾਂ ਉਹ ਚਿੰਤਾ ਪੰਜਾਬ ਦੀ ਉਹ ਮੈਨੂੰ ਨਜ਼ਰ ਨਹੀਂ ਆਉਂਦੀ ਰਾਜੇ ਬੜਿੰਗ ਅਰਗੰਜ ਤਾਂ ਅੱਜ ਜਿਹੜੀ ਤੁਸੀਂ ਗੱਲ ਕੀਤੀ ਆ ਕਾਂਗਰਸ ਦੀ ਜਗਦੀਸ਼ ਟਾਈਟਲਰ ਦੀ ਤਾਂ ਦੇਖੋ ਕਾਂਗਰਸ ਨੇ ਕੱਲਾ ਟਾਈਟਲਰ ਨਹੀਂ ਉਸ ਤੋਂ ਬਾਅਦ ਪਹਿਲਾਂ ਸੱਜਣ ਕੁਮਾਰ ਵਰਗੇ ਐਚ ਐਲ ਕੇ ਭਗਤ ਵਰਗੇ ਜਾਂ ਹੋਰ ਵੀ ਜਿਹੜੇ ਇੰਦਰਾ ਨੂੰ ਉਹਨਾਂ ਸਮਿਆਂ ਦੇ ਵਿੱਚ ਐਮਰਜੈਂਸੀ ਦੌਰਾਨ ਜਿਨ੍ਹਾਂ ਨੇ ਜਹਾਜ਼ ਹਾਈਜੈਕ ਕਰ ਲਏ ਸੀਗੇ ਉਹਨਾਂ ਨੂੰ ਟਿਕਟਾਂ ਦੇ ਕੇ ਐਮਪੀ ਬਣਾਤਾ ਸੀ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਦੇਖੋ ਇਹ ਤਾਂ ਇੱਕ ਬਹਿਮ ਆਪਾਂ ਨੂੰ ਇਹ ਇਹ ਕੋਈ ਇਨਸਾਫ ਹੂੰ ਜੇ 84 ਦਾ ਆਪਾਂ ਗੱਲ ਕਰਦੇ ਆਂ ਦਿੱਲੀ ਦੇ ਕਤਲੇਆਮ ਦੀ ਚਾਹੇ 84 ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ ਹੂੰ ਜਾਂ ਸਾਡੀ ਜਿੰਨੀ ਜਵਾਨੀ ਮਾਰੀ ਗਈ ਹੂੰ ਤਾਂ ਇਹ ਇਹ ਵਹਿਮ ਹੀ ਆ ਸਾਨੂੰ ਸਾਨੂੰ ਹੁਣ ਪਤਾ ਕੀ ਆ ਸਾਨੂੰ ਨਾ ਐਂ ਲੱਗਣ ਲੱਗ ਜਾਂਦਾ ਹੁੰਦਾ ਵੀ ਯਾਰ ਜਿਹੜੀ ਵੀ ਕੋਈ ਸਰਕਾਰ ਆ ਜਾਂਦੀ ਆ ਤਾਂ ਉਹ ਜਦੋਂ ਕੋਈ ਜ਼ੁਲਮ ਕਰਦੀ ਆ ਤਾਂ ਸਾਨੂੰ ਲੱਗਦਾ ਇਹਨਾਂ ਤੋਂ ਦੂਜਾ ਚੰਗਾ ਸੀ ਯਾਰ ਹੂੰ ਚੰਗਾ ਚੁੰਗਾ ਇੱਥੇ ਕੋਈ ਨਹੀਂ ਨੀਤੀ ਸਾਰਿਆਂ ਦੀ ਇੱਕੋ ਹੀ ਹੈ ਨੀਤੀ ਦਾ ਕਾਂਗਰਸ ਨੇ ਘੱਟ ਕੇ ਜਾਰੀ ਹੈ ਸਾਡੇ ਨਾਲ ਕੀ ਘਾੜ ਨਹੀਂ ਕੀਤਾ ਪੰਜਾਬ ਨੇ ਹੁਣ ਇਹਦਾ ਰਾਜਾ ਤਾਂ ਇਹ ਵੀ ਕਹਿੰਦਾ ਕਿ ਮੈਨੂੰ ਤੁਸੀਂ ਅ ਗ੍ਰਹਿ ਮੰਤਰੀ ਬਣਾਓ ਜੀ ਮੈਨੂੰ ਸੰਭਾਓ ਜੀ ਮੈਂ ਕਰਦਾ ਸਾਰਾ ਪੰਜਾਬ ਦਾ ਮਾਹੌਲ ਠੀਕ ਬਿੱਦੂ 5 ਸਾਲ ਤੋਂ ਕੀ ਕਰਦਾ ਸੀ ਤੇਰੀ ਸਰਕਾਰ ਰਹੀ ਆ ਤੂੰ ਮੰਤਰੀ ਵੀ ਰਹਾ ਪਰ ਉਦੋਂ ਕਹਿੰਦੇ ਵੀ ਕੈਪਟਨ ਮਨਿੰਦਰ ਸਾਡੀ ਸੁਣਦਾ ਨਹੀਂ ਸੀ ਕਹਿੰਦੇ ਚੰਨੀ ਵੇਲੇ ਮੈਂ ਤਾਂ ਮੰਤਰੀ ਬਣਿਆ ਤੇ ਮੈਂ ਤਾਂ ਬਹੁਤ ਕੁਝ ਕਰਤਾ ਬੱਸਾਂ ਬੰਦ ਕਰਤੀਆਂ ਕਹਿੰਦੇ ਬਦਲਾਂ ਦੀਆਂ ਨੀ ਉਹ ਬੱਸਾਂ ਬੰਦ ਤਾਂ ਕਿਹੜੀਆਂ ਕਰ ਲਈਆਂ ਬੱਸਾਂ ਦਾ ਤਾਂ ਸਿਆਪਾ ਹੋਰ ਸੜਿਆ ਵਾ ਉਹ ਤਾਂ ਇੱਕ ਭਵੰਤਨ ਅੰਦਰ ਖਾਤੇ ਗੱਠਮਟ ਕਰੀ ਬੈਠਾ ਉਹ ਇਹਦਾ ਕੇਸ ਖੋਲਣ ਨੂੰ ਫਿਰਦਾ ਬੱਸਾਂ ਵਾਲਾ ਹੀ ਉਹਦਾ ਅੰਦਰ ਖਾਤੇ ਵੀ ਭਾਈ ਇਹ ਵੀ ਉਹਦਾ ਮੱਕ ਜਾ ਕੇ ਮਿਲ ਮੋਲ ਆ ਵੀ ਕੋਈ ਗੱਲ ਨਹੀਂ ਮੈਂ ਸੰਦਾ ਸੰਦਾ ਜੇ ਬੋਲੂ ਬੜਾ ਨਹੀਂ ਬੋਲਦਾ ਮੇਰੇ ਵਾਲਾ ਕੰਮ ਨਾ ਖੋਲਦੀ ਕਿਤੇ ਹੂੰ ਹੂੰ ਇਹ ਅੰਦਰ ਖਾਤੇ ਸਾਰੀਆਂ ਸੈਟਿੰਗਾਂ ਕਰੀ ਬੈਠੇ ਆ। ਮਤਲਬ ਅੰਦਰ ਖਾਤੇ ਸਾਰੇ ਇੱਕੋ ਹੀ ਆ। ਇੱਕੋ ਹੀ ਬਈ ਇਹ ਤਕੜੀ ਦੇ ਬੱਟੇ ਆ, ਛੱਟੇ ਬੱਟੇ ਆ। ਇਹ ਆਪਾਂ ਨੂੰ ਲੱਗਦਾ ਹੁੰਦਾ ਕਿ ਉਹ ਚੰਗਾ ਨੇ, ਇਹਨਾਂ ਚੰਗਾ ਕੋਈ ਨਹੀਂ। ਆਪਾਂ ਦੇਖ ਲਿਆ ਨਾ, ਦੇਖੋ ਵਰਤੇ ਹੋਏ ਲੋਕ ਨੇ। ਹੂੰ। ਪਰਤੇ ਆਏ ਹੋਏ ਲੋਕ ਨੇ। ਹੂੰ। ਤੁਸੀਂ 5 ਸਾਲ, ਥੋੜੀ 10 ਸਾਲ ਪਹਿਲਾਂ ਬਾਦਲ ਰਹੇਗੇ ਇੱਥੇ 10-15 ਸਾਲ ਉਹਨਾਂ ਨੇ ਕੀ ਕੀਤਾ? ਕਾਂਗਰਸ ਵੀ ਰਹੇਗੀ, ਉਹਨਾਂ ਨੇ ਕੀ ਕੀਤਾ? ਹੂੰ। ਹੁਣ ਇਹ ਤਾਂ ਉਹ ਗੱਲ ਆ ਇਦਾਂ ਦੇਖ ਰਹੇ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਗੱਲ ਕਰਕੇ ਦਾ ਲੱਗ ਜੇ ਪਰ ਨਹੀਂ ਲੋਕ ਸਮਝੀ ਬੈਠੇ ਬਾਈ ਸੁਨੇਹਾ ਕੀ ਰੋਗਾ ਸਰੂਤਾਂ ਦੇ ਲਈ ਸੁਨੇਹਾ ਜਸ ਇਹੀ ਆ ਕਿ ਯਾਰ ਇੱਕ ਤਾਂ ਜਾਗਣ ਦਾ ਵੇਲਾ ਹੋ ਹੂੰ ਦੂਜਾ ਘਰਾਂ ਬੈਠ ਘਰਾਂ ਚ ਬੈਠਣ ਦਾ ਵੇਲਾ ਨਹੀਂ ਅਸੀਂ ਸੋਚ ਲਿਆ ਵਿਚਾਰ ਲਿਆ ਬਹੁਤ ਵਿਚਾਰ ਲਿਆ ਸੀ ਅਸੀਂ ਜਾਗਰੂਕ ਵੀ ਬਹੁਤ ਹੋ ਗਏ ਹੂੰ ਅਸੀਂ ਸਮਝਦੇ ਵੀ ਹਰ ਇੱਕ ਗੱਲ ਨੂੰ ਯਾ ਅਸੀਂ ਕੋਈ ਕਿਸੇ ਗੱਲ ਦੇ ਉੱਤੇ ਟਿੱਪਣੀਆਂ ਵੀ ਅਸੀਂ ਦੇ ਦਿੰਨੇ ਆ ਆਪਣੀਆਂ ਆਪਣੀ ਪ੍ਰਤੀਕਿਰਿਆ ਵੀ ਦੇ ਦਿੰਨੇ ਆ ਸੋਸ਼ਲ ਮੀਡੀਆ ਦੇ ਉੱਤੇ ਪਰ ਹੁਣ ਤਾਂ ਜਿਹੜਾ ਮਾਹੌਲ ਆ ਨਾ ਪੰਜਾਬ ਦਾ ਹੁਣ ਸੱਚੂਏ ਪੰਜਾਬ ਦਾ ਮਾਹੌਲ ਕਹਾਂ ਚ ਬੈਠ ਕੇ ਸੁਧ ਨਹੀਂ ਆਉਣਾ ਹੂੰ ਹੁਣ ਤਾਂ ਯਾਰ ਹਰ ਬੰਦੇ ਨੂੰ ਇਹ ਸਮਝਣਾ ਪੈਣਾ ਕਿ ਹੁਣ ਮੇਰੇ ਪੰਜਾਬ ਦੇ ਉੱਤੇ ਸੰਕਟ ਬਹੁਤ ਭਾਰੀ ਹੈ ਦੇਖੋ ਕਿੱਡਾ ਚਿੰਤਾ ਦਾ ਵਿਸ਼ਾ ਜੱਸ ਪੰਜਾਬ ਦੇ 140 ਕਾਲਜਾਂ ਨੂੰ ਪੰਜਾਂ ਸਾਲਾਂ ਚ ਜੰਦਾ ਲੱਗ ਗਿਆ ਹੂੰ ਬਿਲਕੁਲ ਇੱਕ ਕਿੱਡਾ ਚਿੰਤਾ ਦਾ ਵਿਸ਼ਾ ਅੱਗੇ ਰਜੇਂਦਰਾ ਬਰਜੇਂਦਰਾ ਮਹਿੰਦਰਾ ਹੂੰ ਯੂਨੀਵਰਸਿਟੀ ਪਟਿਆਲਾ ਅੰਮ੍ਰਿਤਸਰ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਇੰਨਾ ਚ ਦਾਖਲਾ ਲੈਣ ਲਈ ਬੜੀ ਜਦੋਜਦ ਕਰਨੀ ਪੈਂਦੀ ਬਿਲਕੁਲ ਹੁਣ ਤਾਂ ਸੁਣਨੇ ਹੋਗੇ ਹੁਣ ਤਾਂ ਹਾਕਾ ਮਾਰਦੇ ਆ ਉਥੋਂ ਦੇ ਜਿਹੜੇ ਸਟਾਫ ਵੀ ਆਓ ਯਾਰ ਹੂੰ ਚੰਦੇ ਲੱਗ ਚੱਲੇ ਕੰਮ ਜੁਨੀਵਰਸਟੀਆਂ ਸਾਡੀਆਂ ਖਾਲੀ ਹੋ ਚੱਲੀਆਂ ਹੂੰ ਪਿੰਡਾਂ ਦੇ ਗਰਾਊਂਡ ਸਾਡੇ ਖਾਲੀ ਹੋ ਚਲੇ ਤੁਸੀਂ ਦੇਖੋ 30000 ਕਰੋੜ ਰੁਪਿਆ ਹੂੰ ਕਹਿ ਦੇਣਾ ਬਹੁਤ ਸੌਖਾ ਜੀ ਗੱਲ ਹੈ 30000 ਕਰੋੜ ਰੁਪਿਆ ਇੱਕ ਸਾਲ ਦੇ ਵਿੱਚ ਸਾਡਾ ਸਰਮਾਇਆ ਬਾਹਰਲੇ ਮੁਲਕਾਂ ਨੂੰ ਜਾ ਰਿਹਾ ਹੂੰ ਇੱਥੋਂ ਜ਼ਮੀਨਾਂ ਵੇਚ-ਵੇਚ ਕੇ ਹੂੰ 1.5 ਲੱਖ ਵਿਦਿਆਰਥੀ ਇੱਕ ਸਾਲ ਦੇ ਵਿੱਚ ਬਾਹਰ ਨੂੰ ਚੜ ਜਾਂਦਾ ਹੈ ਬਿਲਕੁਲ ਤੇ ਪੰਜਾਂ ਦਸਾਂ ਸਾਲਾਂ ਚ ਮੈਨੂੰ ਲੱਗਦਾ ਕਿ ਦਸਾਂ ਸਾਲਾਂ ਚ ਇੱਥੇ ਨੌਜਵਾਨ ਤੁਹਾਨੂੰ ਚਾਰ ਨਹੀਂ ਲੱਭਿਆ ਕਰਨੇ ਪਿੰਡ ਦੇ ਵਿੱਚੋਂ ਵੀ ਅਰਥੀ ਨੂੰ ਕੰਧਾ ਦੇ ਨਾਲੇ ਕੋਈ ਮਿਲ ਜਾ। ਹਲਾਤ ਹੀ ਬਣੇ ਖੜੇ ਆ ਪੰਜਾਬ ਦੇ ਕਿੱਡਾ ਚਿੰਤਾ ਦਾ ਵਿਸ਼ਾ ਹੈ। ਹੂੰ ਅੱਛਾ ਇਹ ਇੱਕ ਪ੍ਰਵਾਸ ਹੂੰ ਜਿਹੜਾ ਅੱਜ ਸਭ ਤੋਂ ਜ਼ਿਆਦਾ ਚਾਹੇ ਅਸੀਂ ਜਿੰਨੇ ਵੀ ਤੁਰੇ ਫਿਰਦੇ ਆ ਚਾਹੇ ਉਹ ਜਿਹੜੀ ਮਰਜ਼ੀ ਧਰਨਾ ਸੰਬੰਧਤ ਹੈ, ਸਿਆਸੀ ਧਰਨਾ ਸੰਬੰਧਤ ਹੈ ਜਾਂ ਉਹ ਸਮਾਜਿਕ ਧਰਨਾ ਨੇ ਜਾਂ ਉਹ ਧਾਰਮਿਕ ਧਰਨਾ ਨੇ ਸਾਰਿਆਂ ਨੂੰ ਬੈਠ ਕੇ ਯਾਰ ਇਹ ਇਹ ਸਿਰ ਜੋੜ ਕੇ ਤੇ ਚਿੰਤਨ ਕਰਨ ਦੀ ਲੋੜ ਹੈ ਕਿ ਇਹ ਜਵਾਨੀ ਨੂੰ ਰੋਕਿਆ ਤੇ ਰੋਕਿਆ ਕਿਵੇਂ ਜਾ ਹੁਣ ਇਹਦੇ ਲਈ ਅਸੀਂ ਭਵਨ ਸਿੰਘ ਮਾਨ ਨੂੰ ਮਿਲੇ ਹਮ ਐਸੇ ਕਹ ਤੁਸੀਂ ਜੇ ਪੰਜਾਬ ਦੇ ਵਿੱਚ ਨੌਕਰੀਆਂ ਦੇਵੋਗੇ ਹਮ ਜੇ ਪੰਜਾਬੀਆਂ ਨੂੰ ਇਹ ਤਰਜੀਹ ਦੇਵੋਗੇ ਕਿ ਬੋਨਫਾਇਡ ਡੋਮਿਸਾਈਲ ethnicities ਲਾਗੂ ਕਰੋਗੇ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਇਹ ਨਾਰਾ ਹੋਣਾ ਚਾਹੀਦਾ ਹੈ ਹਮ ਤੇ ਬਾਹਰੋਂ ਕੋਈ ਵੀ ਬੰਦਾ ਪੰਜਾਬ ਦੀ ਜ਼ਮੀਨ ਨਾ ਖਰੀਦ ਸਕੇ ਜਿਵੇਂ ਦੂਸਰੇ ਸੂਬਿਆਂ ਦੇ ਵਿੱਚ ਕਾਨੂੰਨ ਹੈ ਵੈਸੇ ਸਕਪਾਲ ਸਿੰਘ ਖੈਰੇ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਉਹ ਸੈਸ਼ਨ ਦੇ ਵਿੱਚ ਇਹ ਮਤਾਂ ਲੈਣ ਜਾ ਰਹੇ ਆ ਰੱਖਣਗੇ ਮਤਾਂ ਕਿ ਕੋਈ ਬਾਹਰਲਾ ਬੰਦਾ ਪੰਜਾਬ ਦੇ ਵਿੱਚ ਰਾਜਸਥਾਨ ਵਾਂਗੂ ਹਿਮਾਚਲ ਵਾਂਗੂ ਜ਼ਮੀਨ ਨਾ ਖਰੀਦ ਸਕੇ ਸਾਡੀਆਂ ਸਰਕਾਰੀ ਪ੍ਰਾਈਵੇਟ ਨੌਕਰੀਆਂ ਤੇ ਉਹ ਕਾਬਜ਼ ਹੋ ਰਹੇ ਨੇ ਸਾਡੇ ਜ਼ਮੀਨਾਂ ਤੇ ਉਹ ਕਾਬਜ਼ ਹੋ ਰਹੇ ਨੇ ਸਾਡੀ ਧਰਤੀ ਤੇ ਕਾਬਜ਼ ਹੋ ਰਹੇ ਨੇ ਅਸੀਂ ਛੱਡ ਕੇ ਇੱਥੋਂ ਭੱਜ ਰਹੇ ਆ ਆਪਣਾ ਦਾਵਾ ਵੀ ਛੱਡ ਰਹੇ ਆ ਆਪਣਾ ਕਬਜ਼ਾ ਵੀ ਛੱਡ ਰਹੇ ਆ ਬੜਾ ਚਿੰਤਾ ਦਾ ਵਿਸ਼ਾ ਹੈ ਅਗਲੀ ਗੱਲ ਤੁਸੀਂ ਇਹ ਦੇਖੋ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਧਰਤੀ ਹੇਠਾਂ ਸਾਡੇ ਕੋਲੇ 15-17 ਸਾਲ ਦਾ ਪਾਣੀ ਦੀ ਖੇੜ ਬਚੀ ਹੈ। ਦਰਿਆਵਾਂ ਦਾ ਪਾਣੀ ਸਾਡਾ ਖਿੱਚ ਕੇ ਰਾਜਸਥਾਨ ਨੂੰ ਦਿੱਲੀ ਨੂੰ ਦੇ ਰਹੇ ਆ। ਉਹਨਾਂ ਨੇ ਨਵਾਂ ਕੰਮ ਬਢ ਲਿਆ। 13000 ਕਿਊਸਕ ਪਾਣੀ ਲੈ ਜਾਂਦੇ ਸੀ ਪਹਿਲਾਂ ਉਹ ਰਾਜਸਥਾਨ ਨੂੰ ਬਾੜਮੀਰ ਰਡਾਨੀਆਂ ਦੀ ਫੈਕਟਰੀ ਲੱਗੀ ਆ ਉੱਥੇ ਲੈ ਕੇ ਜਾਣਾ ਪਾਣੀ। ਹੂੰ ਹੁਣ ਉਹਨਾਂ ਨੇ ਲਫਾਫਾ ਪਾ ਕੇ ਉਹਨੂੰ ਕੰਕਰੀਟ ਪਾ ਕੇ ਪੱਕੀ ਕਰਕੇ ਉਹਦੀ ਸਮਰੱਥਾ ਵਧਾ ਕੇ 18000 ਕਿਊਸਕ ਪਾਣੀ ਸਾਡਾ ਖਿੱਚ ਕੇ ਲੈ ਜਾਣਗੇ। ਹੂੰ ਇਹਦੇ ਬਾਰੇ ਕੋਈ ਚਿੰਤਾਤ ਨਹੀਂ ਹੈਗਾ ਕੋਈ ਇਹ ਸਾਰੀਆਂ ਗੱਲਾਂ ਅਸੀਂ ਜਦੋਂ ਪਿੱਛੇ ਜੇ ਮਿਲੇ ਸੀ 2 ਘੰਟੇ ਬੈਠੇ ਸੀ ਪੰਜਾਬ ਦੇ ਮੁੱਖ ਮੰਤਰੀ ਪੰਨ ਸੁਮਾਨ ਕੋਲੇ ਇਹ ਸਾਰੀਆਂ ਅਸੀਂ ਗੱਲਾਂ ਦਾ ਜ਼ਿਕਰ ਕੀਤਾ ਸੀ ਹੂੰ ਬੋਲੀ ਦੇ ਉੱਤੇ ਕਿੰਨਾ ਵੱਡਾ ਹਮਲਾ ਸਾਡੀ ਤੇ ਤੁਸੀਂ ਮੇਰੀ ਕਹਾੜੀ ਸੁਣੀ ਹੋਣੀ ਹੈ ਚਾਰੇ ਸਕੂਲ ਬਰਦਾਸ਼ਪੁਰ ਜ਼ਿਲ੍ਹੇ ਦੀ ਕਿ ਕਿਵੇਂ ਇੱਕ ਸਕੂਲ ਦੀ ਪ੍ਰਿੰਸੀਪਲ ਮੰਨਦੀ ਹੈ ਕਿ ਸਾਡੀ ਗਲਤੀ ਹੈ ਸਕੂਲਾਂ ਦੇ ਵੀ ਸਾਡੇ ਪਹਿਲੀ ਦੂਜੀ ਜੇ ਕਲਾਸ ਦੇ ਜਵਾਕਾਂ ਨੂੰ ਇਹ ਪੜ੍ਹਾਈ ਜਾਂਦੇ ਕਿ ਸਾਡੀ ਮਾਂ ਬੋਲੀ ਹਿੰਦੀ ਹੈ ਹੂੰ ਯਾਨੀ ਇਹ ਅੱਜ ਮੇਰਾ ਸਨੇਹਾ ਇਹ ਆ ਕਿ ਸਾਡੀ ਸਭਿਆਤਾ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਹੂੰ ਉਹ ਚਾਹੇ ਸਾਡੀ ਬੋਲੀ ਹੋਵੇ ਚਾਹੇ ਸਾਡਾ ਇਤਿਹਾਸ ਹੋਵੇ ਚਾਹੇ ਸਾਡੇ ਕੁਦਰਤੀ ਜਿਹੜੇ ਵਸੀਲੇ ਨੇ ਧਰਤੀ ਹਵਾ ਪਾਣੀ ਇਹ ਹੋਣ ਇਹਨਾਂ ਦੇ ਉੱਤੇ ਬੜੇ ਗੁੱਝੇ ਹਮਲੇ ਨੇ ਹੂੰ ਜਿਹੜੇ ਸਾਨੂੰ ਸਮਝ ਨਹੀਂ ਪੈ ਰਹੇ ਤੇ ਮੈਂ ਬਹੁਤ ਜ਼ਿਕਰ ਹਰ ਪਿੰਡ ਜਾ ਕੇ ਹਰ ਸਟੇਟ ਤੇ ਜਾ ਕੇ ਲੋਕਾਂ ਨਾਲ ਇਹ ਆਪਣਾ ਸਾਂਝਾ ਕਰਦਿਆਂ ਸਾਂਝਾ ਕਰਦਾਂ ਮੈਂ ਕਿ ਅਸੀਂ ਸਾਨੂੰ ਲੱਗਦਾ ਬੋਲੀ ਕੀ ਹੈ ਹੂੰ ਬੋਲੀ ਦੀ ਬਹੁਤ ਮਹਾਨਤਾ ਹੁੰਦੀ ਹੈ ਕੱਲ ਬੋਲੀ ਦਾ ਦਿਹਾੜਾ ਲੰਘ ਗਿਆ 21 ਫਰਵਰੀ ਬਿਲਕੁਲ ਸਰਕਾਰ ਨੇ ਬਿਲਾਨ ਕੀਤਾ ਕਿ ਬੋਰਡਾਂ ਤੇ ਪੰਜਾਬੀ ਕਰ ਦਾਂਗੇ ਹੁਣ ਮੈਨੂੰ ਦੱਸੋ ਜੇ ਅਸੀਂ ਪੰਜਾਬ ਦੇ ਬੋਰਡਾਂ ਦੇ ਉੱਤੇ ਤਾਮਲ ਲਿਖ ਦਈਏ ਤੇਲਗੂ ਲਿਖ ਦਗੇ ਪੜਨ ਵਾਲਾ ਕੋਈ ਹੈ ਨਹੀਂ ਹੂੰ ਉਹਦਾ ਫਾਇਦਾ ਕੀ ਹੁਣ ਜੇ ਅਸੀਂ ਇੱਥੇ ਪੰਜਾਬੀ ਬੋਰਡਾਂ ਦੇ ਲਿਖਤੀ ਸਕੂਲਾਂ ਦੇ ਵਿੱਚੋਂ ਸਾਡੇ ਉਹ ਜੜ ਵੱਢੀ ਜਾਂਦੇ ਸਾਡੇ ਜਵਾਕਾਂ ਦੀ ਬੋਲੀ ਤੇ ਮੈਂ ਬਹੁਤ ਜ਼ੋਰ ਇਸ ਕਰਕੇ ਦਿੰਦਾ ਕਿ ਬੋਲੀ ਇਹ ਨਹੀਂ ਕਿ ਬੋਲ ਚਾਲ ਦੀ ਭਾਸ਼ਾ ਨਹੀਂ ਬੋਲੀ ਕਹਿ ਦਿੰਦੇ ਹੂੰ ਬੋਲੀ ਦੇ ਨਾਲ ਤੁਹਾਡਾ ਸਾਹਿਤ ਸੱਭਿਆਚਾਰ ਇਤਿਹਾਸ ਛੋਡੀ ਪਛਾਣ ਹਮ ਬੋਲੀ ਕਰਕੇ ਆ ਜਦੋਂ ਬੋਲੀ ਮਰਦੀ ਹੈ ਕਿਸੇ ਕੌਮ ਦੀ ਸਾਰੀਆਂ ਚੀਜ਼ਾਂ ਨੇ ਮਰ ਜਾਣਾ ਹੁੰਦਾ ਹਮ ਇਸ ਕਰਕੇ ਬੋਲੀ ਦਾ ਬੜਾ ਮਹੱਤਵ ਹੈ ਕਿਸੇ ਕੌਮ ਦੇ ਵਜੂਦ ਨੂੰ ਜਿਉਂਦਾ ਰੱਖਣ ਦੇ ਲਈ ਹਮ ਇੱਕ ਤਾਂ ਇਹ ਮੈਨ ਦਾ ਸੁਨੇਹਾ ਲੋਕਾਂ ਕਿ ਯਾਰ ਸਕੂਲਾਂ ਚ ਆਪਣੇ ਜਵਾਕਾਂ ਤੇ ਗੌਰ ਕਰੋ ਯਾਰ ਹਮ ਤੁਸੀਂ ਦੁਨੀਆ ਦੀਆਂ ਦੌਲਤਾਂ ਸ਼ੌਰਤਾਂ ਇਕੱਠੀਆਂ ਕਰ ਲਓਗੇ ਮਹਿਲ ਮਾੜੀਆਂ ਖੜੀਆਂ ਕਰ ਲਓਗੇ ਜੇ ਬੋਲੀ ਚਲੀ ਗਈ ਸਾਡੀ ਪੀੜ੍ਹੀ ਇਹ ਤੋਂ ਦੂਰ ਹੋ ਗਈ ਸਾਡੀ ਪੀੜ੍ਹੀ ਭੁੱਲ ਗਈ ਛੱਡ ਗਈ ਤੇ ਇਹ ਫਿਰ ਦੌਲਤਾਂ ਸ਼ੌਰਤਾਂ ਨਾਲ ਇਹ ਪੈਸਿਆਂ ਨਾਲ ਬੋਲੀਆਂ ਹਾਸਲ ਨਹੀਂ ਹੁੰਦੀਆਂ ਇਹ ਬਹੁਤ ਗੰਭੀਰ ਵਿਸ਼ਾ ਸਾਡੇ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਅਸੀਂ ਲਿਖਤਾ ਇੱਥੇ ਲਿਖਣ ਵਾਲੇ ਜਿਹੜੇ ਵਿਦਮਾਨ ਨੇ ਕਿ ਜਿੰਨੀਆਂ ਬੋਲੀਆਂ ਇੱਥੇ ਮਰ ਰਹੀਆਂ ਨੇ ਅਲੋਪ ਹੋ ਰਹੀਆਂ ਨੇ ਉਹਨਾਂ 'ਚ ਪੰਜਾਬੀ ਦਾ ਵੀ ਇੱਕ ਨੰਬਰ ਹੈ ਇਹ ਚਿੰਤਾ ਦਾ ਵਿਸ਼ਾ ਹੈ ਦੂਜੀ ਗੱਲ ਜਿਹੜੀ ਮੈਂ ਪ੍ਰਵਾਸੀ ਦੀ ਕਰਦਾ ਕਿ ਯਾਰ ਪੱਜੋ ਨਾ ਜੀ ਸਾਥ ਕੇ ਜਾਓ ਕਮਾਈ ਕਰਨ ਜਾਓ ਇੱਥੋਂ ਜ਼ਮੀਨਾਂ ਵੇਚ ਕੇ ਘਰਾਂ ਨੂੰ ਜੰਦੇ ਲਾ ਕੇ ਨਾ ਜਾਓ ਆਪਣੇ ਜਵਾਕਾਂ ਨੂੰ ਇੱਥੋਂ ਦੀ ਮਿੱਟੀ ਨਾਲ ਮੋਹ ਪਾਓ ਉਹਨਾਂ ਦਾ ਇੱਥੇ ਲੈ ਕੇ ਆਓ ਸਾਲ ਚ ਢੇੜਾ ਮਰਬਾਓ ਉਹਨਾਂ ਨੂੰ ਆਪਣੇ ਖੇਤਾਂ ਤੇ ਵੱਟਾਂ ਤੇ ਤੋਰੋ ਉਹਨਾਂ ਨੂੰ ਉਹ ਗਲੀਆਂ ਦਿਖਾਓ ਪਿੰਡਾਂ ਦੇ ਸਾਥਾਂ ਦਿਖਾਓ ਉਹ ਗਰਾਊਂਡ ਦਿਖਾਓ ਉਹਨਾਂ ਦਾ ਮੋਹ ਬਣੇ ਸਾਡੇ ਜਵਾਕਾਂ ਦਾ ਇਸ ਧਰਤੀ ਨਾਲ ਕਿਉਂਕਿ ਬੰਦਾ ਉਹਦੇ ਹੀ ਆਪਣੀ ਧਰਤੀ ਲਈ ਲੜਦਾ ਮਰਦਾ ਜਦੋਂ ਉਹਦਾ ਉਸ ਧਰਤੀ ਨਾਲ ਮੋਹ ਉਹਦਾ ਲਗਾ ਹੁੰਦਾ। ਹੂੰ ਇਹ ਦੂਜੀ ਗੱਲ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਕਿ ਯਾਰ ਇਹ ਨਾ ਕੰਮ ਕਰੋ। ਵੈਸੇ ਵੀ ਤੁਹਾਨੂੰ ਮੈਂ ਗੱਲ ਦੱਸ ਦਣਾ। 2035-40 ਤੱਕ ਗੱਲ ਮੇਰੀ ਯਾਦ ਰੱਖਿਓ। ਪੰਜਾਬ ਦੀ ਧਰਤੀ ਦੀ ਇੱਥੇ ਸਾਨੂੰ ਇੱਕ ਮਰਲਾ ਜ਼ਮੀਨ ਨਹੀਂ ਮਿਲਿਥੀ ਹੋਣੀ। ਹੂੰ ਕਿਉਂਕਿ ਜਿਹੜੇ ਬਣ ਰਿਹਾ ਨੇ ਵੱਡੇ ਹਾਈਵੇ ਸਾਰਿਆਂ ਦਾ ਲਿੰਕ ਜੋੜ ਰਹੇ ਆ ਬੰਦਰਗਾਹਾਂ ਦੇ ਨਾਲ ਤੇ ਇੱਥੋਂ ਜਿਹੜਾ ਸੜਕੀ ਵਪਾਰ ਹੋਣਾ ਇਧਰ ਏਸ਼ੀਆ ਅੱਗੇ ਯੂਰਪ ਤੱਕ ਹੋਣਾ ਜਿਹੜਾ ਲਾਂਗਾ ਖੋਲਣਾ ਇਹ ਉਦੋਂ ਖੋਲਣਾ ਜਦੋਂ ਅਸੀਂ ਸਾਰਾ ਕੁਝ ਆਪਣਾ ਪੰਜਾਬ ਦਾ ਗਮਾ ਚੁੱਕਿਆ ਹੋ। ਹੂੰ ਇਸ ਕਰਕੇ ਮੈਂ ਕਹਿੰਦਾ ਯਾਰ ਇਹ ਆਪਣੀਆਂ ਜਾਇਦਾਦਾਂ ਇਹ ਪਿਤਾ ਪੁਰਖੀ ਵੀ ਹੈ ਤੇ ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਜਿੱਥੇ ਖੂਨ ਡੁੱਲਿਆ ਸਾਡਾ। ਹੂੰ ਬਿਲਕੁਲ ਇਹਨੂੰ ਸਾਮ ਕੇ ਰੱਖੋ ਇਹ ਵੇਚੋ ਨਾ। ਤੀਜੀ ਗੱਲ ਮੈਂ ਪਾਣੀਆਂ ਦੀ ਕਹਿਣਾ। ਹੂੰ ਕਿ ਯਾਰ ਜਿਹੜਾ ਸਾਡਾ ਪਾਣੀ ਖਤਮ ਹੋ ਰਿਹਾ। ਕਿਉਂਕਿ ਇਤਿਹਾਸ ਦੇ ਵਿੱਚ ਜਿੰਨੀਆਂ ਸੱਭਿਆਤਾ ਮੈਂ ਇੱਥੇ ਖਤਮ ਹੋ ਗਈਆਂ ਆਪਾਂ ਪੜਦੇ ਹਾਂ ਹੜੱਪਾ ਸਿੰਧ ਮਹਿੰਜੋਦੜੋ। ਬਿਲਕੁਲ ਉਹ ਉਹ ਨਹੀਂ ਆ ਉਹਨਾਂ ਦਾ ਪਾਣੀ ਖਤਮ ਹੋਇਆ ਹੂੰ ਇਤਿਹਾਸਕਾਰ ਲਿਖਦੇ ਕਿ ਉਹਨਾਂ ਦਾ ਪਾਣੀ ਮੁੱਕਿਆ ਹੂੰ ਅਸੀਂ ਉਸ ਕਗਾਰ ਤੇ ਖੜੇ ਆ ਹੂੰ ਕਿ ਧਰਤੀ ਹੇਟਾਂ ਪੱਤਨਾਂ ਦਾ ਸਾਡਾ ਪਾਣੀ ਸੁੱਕ ਚੱਲਿਆ ਸੀ ਸੋਚਿਆ ਨਹੀਂ ਮੈਂ ਜਿਹੜਾ ਪਾਣੀ ਮੈਂ ਕਹਿੰਨਾ ਕਿ ਅਸੀਂ 1200 ਸਾਲ ਬਰਤ ਸਕਦੇ ਸੀ ਉਹ ਪਾਣੀ ਅਸੀਂ ਜੱਸ 40-45 ਸਾਲ ਚ ਮੁਕਾ ਲਿਆ ਹੂੰ ਆਪਾਂ ਕਹਿ ਦਦਨੇ ਆ ਕਿ ਅੰਗਰੇਜ਼ ਯਾਰ ਇੰਨੀ ਦੁਨੀਆ ਤੇ ਰਾਜ ਕਰ ਗਏ ਹੂੰ ਉਨਾਰੀ ਦੂਰਦਰਸ਼ੀਪਤਾ ਕਿੰਨੀ ਆ ਉਹ 11 ਸਾਲ ਅੱਗੇ ਦੀ ਸੋਚਦੇ ਆ ਉਹ ਅੱਜ ਵੀ ਧਰਤੀ ਹਟੋ ਪਾਣੀ ਨਹੀਂ ਕੱਢਦੇ ਬਿਲਕੁਲ ਉਹ ਕਹਿੰਦੇ ਉਦੋਂ ਕੱਢਾਂਗੇ ਦੁਨੀਆ ਕੋਲੋਂ ਮੁੱਕ ਗਿਆ ਮੀਹਾਂ ਦਾ ਪਾਣੀ ਜਮਾ ਕਰਕੇ ਸਟੋਰ ਕਰਕੇ ਸਾਫ਼ ਕਰਕੇ ਆਪਣੇ ਲੋਕਾਂ ਨੂੰ ਦਿੰਦੇ ਆ ਬਿਲਕੁਲ ਅਸੀਂ ਇਸ ਗੱਲ ਬਲਕਿ ਦੇ ਧਿਆਨ ਹੀ ਨਹੀਂ ਮਾਰਿਆ ਯਾਰ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਤੇ ਹਾਏ ਮਰ ਜਾਣਾ ਪਿਆਸੇ ਮਰ ਜਾਣਾ ਭੁੱਖੇ ਮਰ ਜਾਣਾ ਇਹ ਤਬਾਹ ਹੋ ਜਾਣਾ ਸਭਿਆਤਾ ਨੇ ਬਿਲਕੁਲ ਇਹ ਗੱਲ ਦੇ ਉੱਤੇ ਸਾਨੂੰ ਬਹੁਤ ਜ਼ੋਰ ਦੇਣ ਦੀ ਲੋੜ ਆ ਕਿ ਅਸੀਂ ਸਾਡਾ ਪਾਣੀ ਜਿਹੜਾ ਇਹ ਗੱਲ ਸਰਕਾਰਾਂ ਕੋਲੇ ਆਪਣੀ ਇਹ ਮੰਗ ਉਠਾਈਏ ਜ਼ੋਰ ਪਾਈਏ ਜਿੰਨੀਆਂ ਪੰਜਾਬ ਦੀਆਂ ਕੋਈ ਕਿਸਾਨ ਕੋਈ ਮਜ਼ਦੂਰ ਜਥੇਬੰਦੀਆਂ ਨੇ ਜਾਂ ਹੋਰ ਧਿਰਾਂ ਲੜਨ ਵਾਲੀਆਂ ਨੇ ਇਹ ਜ਼ੋਰ ਪਾਓ ਸਰਕਾਰਾਂ ਦੇ ਉੱਤੇ ਦਬਾਅ ਬਣਾਓ ਕਿ ਪੰਜਾਬ ਦੇ ਧਰਤੀ ਦੇ ਚੱਪੇ-ਚੱਪੇ ਨੂੰ ਨਹਿਰੀ ਪਾਣੀ ਲੱਗਣਾ ਚਾਹੀਦਾ ਹੂੰ ਇਹ ਬਹੁਤ ਜ਼ਰੂਰੀ ਹੈ ਅਸੀਂ ਛੱਡ ਗਏ ਕੋ ਮੋਟਰਾਂ ਦੇ ਬਿੱਲ ਮਾਫ ਹੋ ਗਏ ਬਿਲਕੁਲ ਅਸੀਂ ਸੋਚਿਆ ਉਧਰ ਪਾਣੀ ਬਾਰੀ ਪੁੱਛਣੀ ਪੂ ਵੱਢ ਕੇ ਲਿਆਉਣਾ ਪੂ ਖਾਲ ਕਢਣਾ ਪੂ ਮੋਗਿਆ ਤੇ ਜਾਗ ਛੱਡਣਾ ਪੂ ਇਧਰ ਆਟੋਮੈਟਿਕ ਲਾ ਕੇ ਅਸੀਂ ਕਰਿਆ ਅਸੀਂ ਇਸ ਕਰਕੇ ਇਸ ਗੱਲਾਂ ਬਹੁਤ ਬਰਬਾਦੀ ਅਸੀਂ ਪੰਜਾਬ ਦੀ ਕਰਾ ਲਈ ਇੱਕੋ ਹੀ ਗੱਲ ਮੈਂ ਫੇਰ ਕਹਿਣਾ ਕਿ ਦੁਨੀਆਂ ਦੇ ਉੱਤੇ ਉਹ ਕੌਮਾਂ ਉਹ ਲੋਕ ਜਾਂਦੇ ਰਹਿੰਦੇ ਨੇ ਜਾਂ ਉਹ ਕੌਮਾਂ ਰਾਜ ਕਰਦੀਆਂ ਨੇ ਜਿਹੜੀਆਂ ਕੌਮਾਂ ਹਜ਼ਾਰਾਂ ਸਾਲ ਗੇਰੀ ਸੋਚਦੀਆਂ ਨੇ ਅੱਗੇ ਸਾਡੂੰ 500 ਸਾਲ ਬਾਅਦ 1000 ਸਾਲ ਬਾਅਦ ਸਾਡੀਆਂ ਨਸਲਾਂ ਨੇ ਸਾਡੀਆਂ ਪੀੜ੍ਹੀਆਂ ਨੇ ਕਿੱਥੇ ਖੜਾ ਹੋਣਾ ਅਸੀਂ ਉਹਨਾਂ ਲਈ ਕੀ ਹੋ ਜਾ ਇਤਿਹਾਸ ਕਿਹੜੀ ਸਾਡੀ ਮਾਂ ਬੋਲੀ ਆਪਣੀ ਧਰਤੀ ਆਪਣੀ ਹਵਾ ਆਪਣੇ ਪਾਣੀ ਕਿਹੋ ਜਿਹਾ ਛੱਡ ਕੇ ਜਾਣੇ ਇਹ ਪਹਿਲੀ ਪੀੜ੍ਹੀ ਦੇ ਉੱਤੇ ਨਿਰਭਰ ਕਰਦਾ ਹੁੰਦਾ ਕਿ ਆਪਾਂ ਵੀ ਅੱਜ ਜੇ ਇਸ ਮੁਕਾਮ ਤੇ ਆਂ ਤਾਂ ਪਹਿਲੀਆਂ ਪੀੜ੍ਹੀਆਂ ਕਰਕੇ ਆ ਬਿਲਕੁਲ ਜੀ ਉਹਨਾਂ ਦੀ ਸੋਚ ਅੱਜ ਜਿਵੇਂ ਸਾਡੀ ਬਣੀ ਖੜੀ ਆ ਸਾਡੇ ਲਈ ਹੁੰਦੀ ਵੀ ਮੈਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਕਰਾ ਕੇ ਕੀ ਲੈਣੀ ਆ ਆਪੇ ਕੌਮੀ ਇਨਸਾਫ ਮੋਰਚੇ ਜਾਣ ਦੀ ਆਪਾਂ ਨੂੰ ਲੋੜ ਨਹੀਂ ਆਪਾਂ ਪਾਣੀਆਂ ਤੋਂ ਕੀ ਲੈਣਾ ਕੀ ਲੈਣਾ ਬੋਲੀ ਤੋਂ ਕੀ ਲੈਣਾ ਇਤਿਹਾਸ ਤੋਂ ਆਪਾਂ ਨਹੀਂ ਕਿਸੇ ਪੰਗੇ 'ਚ ਪੈਣਾ ਮਪਾ ਦਾ ਕੈਨੇਡਾ ਜਾਣਾ ਆਪਾਂ ਅਮਰੀਕਾ ਜਾਣਾ ਇਹ ਸੋਚ ਬਣ ਗਈ ਨਾ ਲੋਕਾਂ ਦੀ ਤੇ ਮੈਂ ਇਹ ਕਹਿਣਾ ਹੁੰਦਾ ਕਿ ਜਦੋਂ ਮੈਨੂੰ ਇਹ ਪਤਾ ਲੱਗ ਜਾ ਕਿ ਆ ਮੇਰਾ ਘਰ ਆ ਤੇ 6 ਮਹੀਨੇ ਬਾਅਦ ਮੈਂ ਘਰ ਛੱਡ ਜਾਣਾ ਮੈਂ ਰਹਿਣਾ ਨਹੀਂ ਇੱਥੇ ਤੇ ਮੈਂ ਇਸ ਘਰ ਦੀ ਸੰਭਾਲ ਨਹੀਂ ਕਰੂੰਗਾ ਸਾਡੇ ਹੁਣ ਪੰਜਾਬ ਦੀ ਜ਼ੁਬਾਨੀ ਨੂੰ ਇਹ ਲੱਗਦਾ ਕਿ ਅਸੀਂ ਪੰਜਾਬ ਛੱਡ ਜਾਣਾ ਅਸੀਂ ਪੰਜਾਬ ਦੀਆਂ ਬੋਲੀਆਂ ਪਾਣੀਆਂ ਇਤਿਹਾਸ ਤੋਂ ਕੀ ਲੈਣਾ ਵਿਰਸੇ ਸਹਿਤ ਨੂੰ ਸਾਹਮ ਕੇ ਹੂੰ ਜਿਹੜਾ ਸਾਡਾ ਬਹੁਤ ਵੱਡਾ ਦੁਖਾਂਤ ਹੈ ਤੋਂ ਜ਼ੁਬਾਨੀ ਨੂੰ ਅਪੀਲ ਕਰਦਾ ਯਾਰ ਵੀ ਜ਼ਿੰਦਗੀ ਬਹੁਤ ਛੋਟੀ ਆ ਹੂੰ ਪਤਾ ਨਹੀਂ ਭੌਰ ਨੇ ਕਿੱਥੇ ਕਿਵੇਂ ਅੜਾਰੀ ਮਾਰ ਜਾਣੀ ਹੈ ਮੁੜੋ ਯਾਰ ਪਰ ਤੋਂ ਆਪਣੇ ਦੇਸ਼ ਵੱਲ ਆਪਣੇ ਵਤਨ ਵੱਲ ਆਪਣੀਆਂ ਜਣਾ ਵੱਲ ਪਰਤੋ ਸਾਡੀ ਜੜ ਜੇ ਜਉਂਦੀ ਰਹਿਣੀ ਆ ਹਰੀ ਰਹਿਣੀ ਤੇ ਇਸੇ ਧਰਤੀ ਤੇ ਰਹਿਣੀ ਆ ਇਹ ਭਲੇਖਾ ਕੱਢ ਦੋ ਕਿ ਬਾਹਰ ਜਾ ਕੇ ਬੋਲੀ ਇਤਿਹਾਸ ਧਰਮ ਸਾਥ ਬਚਾ ਲਓਗੇ ਤੀਜੀ ਸੋਡੀ ਪੀੜੀ ਨਹੀਂ ਉੱਥੇ ਖਤਮ ਹੋ ਜਾਣਾ ਬਹੁਤੇ ਬੰਦੇ ਮੈਨੂੰ ਫੋਨ ਕਰਦੇ ਜਾਸ ਅੱਜ ਬਾਹਰੋਂ ਕਿ ਅਸੀਂ ਪੈਸਾ ਬਹੁ ਕਮਾਇਆ ਕੋਈ ਥਾ ਨਹੀਂ ਸਾਡੇ ਕੋਲ ਇਹਨੇ ਢੇਰ ਲਾ ਲੇ ਇਸਦਾ ਪਰ ਅਸੀਂ ਸਾਡੇ ਜਿਹੜੇ ਜਵਾਕ ਨਹੀਂ ਉਹ ਕਹਨੇ ਬਾਪੂ ਅਸੀਂ ਨਹੀਂ ਪੰਜਾਬ ਜਾਣਾ ਤੇਰੀ ਹੋਊਗੀ ਉੱਥੇ ਜ਼ਮੀਨ ਜਾਂ ਵੇਚਿਆ ਜਾਂ ਗੁਰਦੁਆਰੇ ਨੂੰ ਦੇਆ ਤੇਰਾ ਪਿਆਹੂ ਘਰ ਜਾਂ ਵੇਚਿਆ ਸਾਡਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਫਿਰ ਕਹਨੇ ਅੰਦਰੋਂ ਧਾ ਨਿਕਲਦੀ ਹੈ ਹੂੰ ਭੁਬ ਨਿਕਲਦੀ ਅੰਦਰੋਂ ਯਾਰ ਵੀ ਐਸ ਕੰਮ ਖਾਤਰ ਮੈਂ ਇੱਥੇ ਬਾਹਰਲੇ ਮੁਲਕ ਆਇਆ ਸੀ ਕਿ ਮੇਰੀਆਂ ਆਉਣ ਵਾਲੀਆਂ نسلਾਂ ਯਾਰ ਪੰਜਾਬ ਦੀ ਮਿੱਟੀ ਨੂੰ ਭੁੱਲ ਜਾਣ ਹੂੰ ਦੇਖਿਓ ਕਿਤੇ ਯਾਰ ਇੱਥੇ ਆਉਣ ਵਾਲੇ 15-20 ਸਾਲਾਂ ਬਾਅਦ ਕਹਾਣੀ ਬਦਲੀ ਪਈ ਹੋਵੇ ਪ੍ਰਵਾਸੀ ਆਪਾਂ ਦੇਖ ਰਹੇ ਹਾਂ ਨਾ ਕਿਸ ਤਰੀਕੇ ਨਾਲ ਪੰਜਾਬ ਦੇ ਉੱਤੇ ਕਾਬਜ ਹੋ ਰਹੇ ਨੇ ਦੱਬ ਰਹੇ ਨੇ ਕਿਉਂਕਿ ਤਾਂ ਮੈਂ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਥਾਂ ਖਾਲੀ ਕਰੋਗੇ ਆਪਣਾ ਦਾਵਾ ਛੱਡੋਗੇ ਇਹ ਕਿਸੇ ਨੇ ਭਰਨਾ ਹੀ ਹੁੰਦਾ ਕਿਸੇ ਨੇ ਦਾਵਾ ਆਪ ਦਾ ਕੀ ਕਰਨਾ ਹੀ ਹੁੰਦਾ ਇਹ ਸਾਡਾ ਉਹਨਾਂ ਨੇ ਕਹਿ ਦਿੰਨਾ ਉਹ ਗੱਲ ਅਸੀਂ ਪੰਜਾਬੀ ਨੂੰ ਇੱਥੇ ਬਚਾਉਣ ਦੀ ਮੈਂ ਗੱਲ ਕਰਦਾ ਫਿਰਦਾ ਢੰਡੋਰੇ ਫਿਰਦਾ ਫਿਰਦਾ ਨਾ ਮੈਂ 4 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਇਸ ਮਸਲੇ ਨੂੰ ਲੈ ਕੇ ਉਸ ਰਿਹਾਂ ਦੇਣ ਦੀ ਕੋਸ਼ਿਸ਼ੀ ਬੋਰਡਾਂ ਤੇ ਰੰਗ ਮਾਰੇ ਕੇ ਯਾਰ ਪੰਜਾਬੀ ਬਚਾ ਲੋ ਐ ਨਹੀਂ ਪਤਾ ਇੱਥੇ ਜੱਸ ਆਉਣ ਵਾਲੇ 20 ਸਾਲਾਂ ਬਾਅਦ ਪੋਜਪੂਰੀ ਫਿਲਮਾਂ ਚੱਲਿਆ ਕਰਨ ਸਨੇਮਿਆਂ 'ਚ ਹੂੰ ਬਿਲਕੁਲ ਜਿਹੜੇ ਹਾਲਾਤ ਬਣ ਜਿਹੜੇ ਹਾਲਾਤ ਆ ਹੋ ਸਕਦਾ ਆਪਣੇ ਖੜੇ ਆ ਉਸਦਾ ਰਹਿਣਾ ਨਹੀਂ ਇੱਥੇ ਬਿਲਕੁਲ ਇਸ ਲਈ ਯਾਰ ਜੀ ਸੱਦ ਕੇ ਜਾਓ ਕਮਾਈਆਂ ਕਰਨ ਜਾਓ ਹੂੰ ਵਾਪਸ ਪਰਤ ਕੇ ਆਓ ਜੀ ਸੋਡੀ ਹੂੰ ਲੋੜ ਹੈ ਜਿਸ ਪੰਜਾਬ ਨੂੰ ਇਸ ਧਰਤੀ ਮਾਰੋ ਜੀ ਬਾਈ ਸਮਾਜਤਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਬਾਈ ਲੱਖਾ ਸਿੰਘ ਸਦਾਣਾ ਹੋਰੀ ਸੀ ਵੱਡੇ ਸਵਾਲ ਕੱਟੜ ਸਰਕਾਰ ਦੇ ਉੱਪਰ ਕੱਟੜ ਇਮਾਨਦਾਰ ਸਰਕਾਰ ਦੇ ਉੱਪਰ ਜਿਹੜਿਆ ਉਹ ਖੜੇ ਕੀਤੇ ਨੇ ਤੇ ਬਾਈ ਚੈਲੰਜ ਵੀ ਕਰਦੇ ਨੇ ਕਿ ਮੈਂ ਸਬੂਤਾਂ ਸਹਿਤ ਗੱਲ ਜਿਹੜੀ ਆ ਉਹ ਕਰ ਰਿਹਾ ਤੇ ਜੇਕਰ ਮੇਰੇ ਬੋਲ ਗਲਤ ਹੋਣ ਮੇਰੇ ਬੋਲ ਝੂਠੇ ਹੋਣ ਤਾਂ ਮੇਰੇ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਵੀ ਕਰ ਸਕਦੇ ਨੇ ਸੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੋਲਦੇ ਹੋ ਜਾ ਤਨਵਾਦੀ